ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ। ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ। ਨਵਜੰਮੇ ਬੱਚੇ ਦੇ ਲਈ ਇੱਕ ਸੁੰਦਰ ਉਪਹਾਰ ਹੈ ਲੋਹੜੀ, ਖੁਸ਼ਹਾਲੀ ਦੇ ਵਿਹੜੇ ਅੰਦਰ ਫਸਲਾਂ ਦਾ ਸਤਿਕਾਰ ਹੈ ਲੋਹੜੀ। ਪੰਜਾਬੀਅਤ ਦੇ ਗਹਿਣੇ ਦੇ ਵਿੱਚ ਇੱਕ ਉੱਚਾ ਕਿਰਦਾਰ ਹੈ ਲੋਹੜੀ, ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ। ਖਿੜੀਆਂ ਫਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ। ਟੱਬਰਾਂ ਦੇ ਨਾਲ ਇਹ ਹੈ ਫੱਬਦੀ, ਬਿਨ ਟੱਬਰੋਂ ਬੇਕਾਰ ਹੈ ਲੋਹੜੀ, ਬਿਨ ਟੱਬਰੋਂ ਬੇਕਾਰ ਹੈ ਲੋਹੜੀ। ਜੀ, ਲੋਹੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਅਤੇ ਨਾਲ ਨਾਲ ਮਾਘੀ ਦੇ ਇਸ ਪਵਿੱਤਰ ਤਿਉਹਾਰ 'ਤੇ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਅੱਜ ਕਰਾਂਗੇ ਲੋਹੜੀ ਦੀਆਂ ਅਤੇ ਨਾਲ ਦੀ ਨਾਲ ਮਾਘੀ ਦੀਆਂ। ਮਾਘੀ ਦਾ ਬਹੁਤ ਵੱਡਾ ਮਹੱਤਵ ਹੈਗਾ ਜੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ, ਅਤੇ ਉੱਥੇ ਲੋਹੜੀ ਦਾ ਵੀ ਇੱਕ ਵੱਖਰਾ ਜਿਹੜਾ ਸਥਾਨ ਸਾਡੀ ਜ਼ਿੰਦਗੀ ਦੇ ਵਿੱਚ ਹੈਗਾ। ਲੋਹੜੀ ਨੂੰ ਬੜੇ ਲੰਬੇ ਸਮੇਂ ਤੋਂ ਮਨਾਉਂਦੇ ਆ ਰਹੇ ਹਾਂ, ਮਨਾਉਂਦੇ ਜਾ ਰਹੇ ਹਾਂ। ਲੋਹੜੀ ਦਾ ਰੰਗ ਚੇਂਜ ਹੋ ਗਿਆ, ਰੂਪ ਚੇਂਜ ਹੋ ਗਿਆ। ਚਲੋ, ਇਹ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਵੀ ਲੋਹੜੀ ਦਾ ਮਜ਼ਾ ਜਿਹੜਾ ਉਹ ਕਿਰਕਰਾ ਹੀ ਰਿਹਾ। ਕਿਰਕਰਾ ਇਸ ਕਰਕੇ ਰਿਹਾ ਕਿ ਬਾਰਿਸ਼ ਕਾਫੀ ਹੋ ਗਈ ਅਤੇ ਅੱਗ ਤਕਰੀਬਨ ਬਾਹਰ ਹੀ ਬਾਲੀ ਦੀ। ਆਪਾਂ ਜਦੋਂ ਸੇਕਣੀ ਹੋਵੇ, ਧੂਣੀ ਲਾਉਣੀ ਹੋਵੇ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਚਲੋ ਅੰਦਰ ਕੜਾਹੀਆ ਰੱਖ ਕੇ ਮਾੜੀ ਮੋਟੀ ਲੋਹੜੀ ਮਨਾ ਲਈ ਦੀ ਹੈ, ਬਾਹਲੀ ਲੰਬੀ ਚੌੜੀ ਇੱਧਰ ਲੋਹੜੀ ਨਹੀਂ ਮਨਾਉਣ ਦਿੰਦੇ। ਅਤੇ ਪਰ ਉੱਧਰ ਤਾਂ ਇੱਕ ਲੋਹੜੀ ਦਾ ਜਿਹੜਾ ਵੱਖਰਾ ਨਜ਼ਾਰਾ ਹੁੰਦਾ ਸੀ ਉਹ ਪੰਜਾਬ ਦੇ ਵਿੱਚ ਉਹਦਾ ਆਨੰਦ ਮਾਣ ਸਕਦੇ ਸੀਗੇ। ਪੂਰਾ ਇੱਕ ਵੱਡੀ ਲੋਹੜੀ ਸਜੀ ਹੁੰਦੀ ਹੈ, ਅੱਗ ਲੱਗੀ, ਚਾਰ ਚੁਫੇਰੇ ਬੈਠੇ ਆ, ਪਰਿਵਾਰ ਬੈਠੇ ਨੇ, ਦੋਸਤ ਮਿੱਤਰ ਬੈਠੇ ਨੇ, ਇੰਜੋਏ ਕਰ ਰਹੇ ਨੇ, ਕੋਈ ਜੋਕ ਸੁਣਾ ਰਿਹਾ, ਕੋਈ ਬੱਚੇ ਆਪਣਾ ਕੰਮ ਕਰ ਰਹੇ ਨੇ। ਔਰ ਮੈਨੂੰ ਇਹ ਲੱਗਦਾ ਵੀ ਸਭ ਤੋਂ ਇੱਕੋ ਇੱਕ ਇਹ ਤਿਉਹਾਰ ਹੈਗਾ, ਪੂਰਾ ਪੂਰੇ ਤਿਉਹਾਰਾਂ ਦੇ ਵਿੱਚ ਇੱਕੋ ਇੱਕ ਇਹ ਲੋਹੜੀ ਤਿਉਹਾਰ ਹੈਗਾ ਜਿਹਦੇ ਵਿੱਚ ਬੱਚੇ ਵੀ ਸ਼ਾਮਿਲ ਹੁੰਦੇ ਨੇ, ਜਿਹਦੇ 'ਚ ਬਜ਼ੁਰਗ ਵੀ ਸ਼ਾਮਿਲ ਹੁੰਦੇ ਨੇ, ਜਿਹ 'ਚ ਕੁੜੀਆਂ ਵੀ ਸ਼ਾਮਿਲ ਹੁੰਦੀਆਂ ਨੇ, ਜਿਹ 'ਚ ਮੁੰਡੇ ਵੀ ਸ਼ਾਮਿਲ ਹੁੰਦੇ ਨੇ। ਮੁੱਕਦੀ ਗੱਲ ਜੀ, ਇੱਕ ਪੂਰਾ ਪਰਿਵਾਰ ਇਸ ਤਿਉਹਾਰ 'ਤੇ ਇਕੱਠੇ ਬੈਠ ਕੇ ਇਸ ਤਿਉਹਾਰ ਨੂੰ ਮਨਾਉਂਦਾ। ਅਤੇ ਬਾਕੀ ਤਿਉਹਾਰ ਜਿੰਨੇ ਕੁ ਤਕਰੀਬਨ ਹੈਗੇ ਆ, ਜੇ ਦਿਵਾਲੀ ਦੀ ਗੱਲ ਕਰੀਏ ਤਾਂ ਬੁੜੀਆਂ ਵਿਚਾਲੀਆਂ ਆਪਣੀ ਅੰਦਰ ਲੱਗੀਆਂ ਹੁੰਦੀਆਂ ਕੰਮ ਘਰ, ਰੋਟੀ ਪਾਣੀ ਬਣਾਉਣ, ਅਤੇ ਬੰਦੇ ਬਾਹਰ ਪਟਾਕੇ ਚਲਾਈ ਜਾਂਦੇ ਨਿਆਣੇ ਨਾਲ, ਜਾਂ ਨਿਆਣੇ ਚਲਾਈ ਜਾਂਦੇ ਨੇ, ਜਾਂ ਨਿਆਣੇ ਫੁਲਚੜੀਆਂ ਪਟਾਕੇ ਚਲਾ ਰਹੇ ਹੁੰਦੇ, ਬੰਦੇ ਅੰਦਰ ਬੈਠੇ ਆਪਣਾ ਪੈਗ ਪੁਗ ਲਾ ਰਹੇ ਹੁੰਦੇ ਆ। ਇਹ ਜਿਹੜੇ ਬਾਕੀ ਤਿਉਹਾਰ ਹੈਗੇ ਸਾਰੇ ਇਕੱਲੇ 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 ਇਕੱਲੇ, ਕੋਈ ਟਾਵੇਂ ਟਾਵੇਂ ਵਿਰਲੇ ਵਿਰਲੇ ਤਿਉਹਾਰ ਹੈਗੇ ਜਿਹੜੇ ਇਕੱਠੇ ਮਨਾ ਸਕਦੇ। ਪਰ ਲੋਹੜੀ ਦੀ ਗੱਲ ਕਰੀਏ, ਲੋਹੜੀ ਇੱਕ ਐਸਾ ਤਿਉਹਾਰ ਹੈਗਾ ਕੁਦਰਤ ਨੇ ਬਣਾਇਆ, ਜਾਂ ਜਦੋਂ ਵੀ ਬਣਿਆ ਇਹ ਤਿਉਹਾਰ, ਜਿਵੇਂ ਵੀ ਬਣਿਆ ਉਹਦੀ ਵੀ ਗੱਲਬਾਤ ਕਰਾਂਗੇ। ਪਰ ਇਸ ਤਿਉਹਾਰ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰਾ ਪਰਿਵਾਰ ਇਕੱਠੇ ਬੈਠ ਕੇ ਇਹਦਾ ਆਨੰਦ ਮਾਣ ਸਕਦਾ, ਇੱਕ ਬੜਾ ਵਧੀਆ ਮਾਹੌਲ ਹੁੰਦਾ ਪਰਿਵਾਰਾਂ ਦਾ ਜਦੋਂ ਇਹਦੀ ਗੱਲ ਕਰੀਦੀ ਹੈ। ਔਰ ਲੋਹੜੀ ਦੀ ਨਾਲ ਨਾਲ ਗੱਲਬਾਤ ਕਰਾਂਗੇ, ਨਾਲ ਨਾਲ ਅੱਜ ਗੀਤ ਜਿਹੜੇ ਸੁਣਾਉਣੇ ਨੇ, ਅੱਗੇ ਆਪਾਂ ਕਿਸੇ ਨਾ ਕਿਸੇ ਕਲਾਕਾਰ ਦੇ ਸੁਣਾਈ ਦੇ ਆ ਗੀਤ, ਅੱਜ ਵੀ ਕਲਾਕਾਰਾਂ ਦੇ ਹੀ ਆ, ਅੱਜ ਡਾਕੂਆਂ ਦੇ ਨਹੀਂ ਹੈਗੇ, ਅੱਜ ਵੀ ਕਲਾਕਾਰਾਂ ਦੇ ਹੋਣਗੇ ਗੀਤ। ਪਰ ਅੱਜ ਜਿਹੜੇ ਗੀਤ ਹੈਗੇ ਉਹ ਵੰਨ ਸੁਵੰਨੇ ਹੋਣਗੇ, ਅਤੇ ਲੋਹੜੀ ਦੇ ਨਾਲ ਸੰਬੰਧਿਤ ਗੀਤ ਜਿਹੜੇ ਦੋ ਤਿੰਨ ਤੁਹਾਡੇ ਨਾਲ ਸਾਂਝੇ ਕਰਨੇ ਆ ਉਹ ਆਪਾਂ ਕਰਾਂਗੇ। ਅਤੇ ਉਦੋਂ ਪਹਿਲਾਂ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਨੀ ਬਣਦੀ ਹੈ, ਵੈਸੇ ਤਾਂ ਤੁਸੀਂ ਬਹੁਤ ਟੀਵੀਆਂ 'ਤੇ ਦੇਖੀ ਹੋਏਗੀ, ਪਰ ਮੈਨੂੰ ਲੱਗਦਾ ਵੀ ਸਾਂਝੀ ਕਰ ਲੈਣੀ ਚਾਹੀਦੀ ਹੈ। ਇੱਕ DSP ਦਵਿੰਦਰ ਸਿੰਘ ਜਿਹੜਾ ਸ਼੍ਰੀਨਗਰ ਤੋਂ ਫੜਿਆ ਅੱਤਵਾਦੀਆਂ ਦੇ ਨਾਲ, ਹਿਜ਼ਬੁਲ ਜਿਹੜੇ ਹੈਗਾ ਗਰੁੱਪ ਹੈਗਾ ਉਹਦੇ ਨਾਲ ਇਹ ਫੜਿਆ ਉੱਥੇ, ਅਤੇ ਨਾਲ ਮਤਲਬ ਕਿ ਪਨਾਹ ਦਿੱਤੀ ਹੋਈ ਸੀ, ਅਤੇ ਇਹਨਾਂ ਨੂੰ ਦਿੱਲੀ ਪਹੁੰਚਾਉਣਾ ਸੀ ਇਹਨੇ DSP ਨੇ। ਔਰ IG ਨੇ ਕਿਹਾ ਵੀ ਜਿਹੜਾ ਅੱਤਵਾਦੀਆਂ ਦੇ ਕੇਸ ਚੱਲਣਾ ਉਹੀ ਇੱਥੇ ਚੱਲਣਾ ਚਾਹੀਦਾ, ਔਰ ਬਿਲਕੁਲ ਸਹੀ ਹੈ। ਦਵਿੰਦਰ ਸਿੰਘ ਜੀ ਚੰਗੇ ਭਲੇ DSP ਨੇ, ਸਰਦਾਰ ਜੀ ਵਧੀਆ ਪਰਸਨੈਲਿਟੀ ਵਾਲੇ, ਔਰ ਅਵਾਰਡ ਮਿਲੇ ਨੇ ਇਹਨੂੰ ਚੰਗੀ ਸਰਵਿਸ ਵਾਸਤੇ, ਅਵਾਰਡ ਉੱਥੋਂ ਮਿਲੇ ਨੇ ਮੁੱਖ ਮੰਤਰੀ ਦੇ, ਜਾਂ 26 ਜਨਵਰੀ ਜਿਹੜੇ ਅਵਾਰਡ ਮਿਲਦੇ ਹੁੰਦੇ ਪੁਲਿਸ ਨੂੰ ਉਹ ਮਿਲੇ ਨੇ। ਪਰ ਫਿਰ ਵੀ ਜਦੋਂ ਕਹਿੰਦੇ ਵੀ ਮੱਤ ਵੱਜਦੀ ਬੰਦੇ ਦੀ, ਉਦੋਂ ਕੋਈ ਸੁਝਦਾ ਨਹੀਂ ਹੁਣ ਇਹਦਾ ਕੀ ਹਸ਼ਰ ਹੋਏਗਾ ਕੀ ਨਹੀਂ ਹੋਏਗਾ। ਪਰ ਬਹੁਤ ਹੀ ਬੇਹੱਦ ਮਾੜੀ ਗੱਲ ਹੈਗੀ ਇਹ ਸਾਡੇ ਪੰਜਾਬੀਆਂ ਵਾਸਤੇ, ਕਹੀਏ ਤਾਂ ਮੈਂ ਸਮਝਦਾ ਸ਼ਰਮ ਵਾਲੀ ਗੱਲ ਆ ਵੀ ਇਹੋ ਜਿਹੇ ਹੱਦ ਤੱਕ ਵੀ ਸਾਡੇ ਪੰਜਾਬੀ ਜਿਹੜੇ ਗਿਰ ਸਕਦੇ ਨੇ ਆਪਣੇ ਲਾਲਚ ਵਾਸਤੇ। ਚਲੋ ਜੀ, ਆਪਾਂ ਲੋਹੜੀ ਦੀ ਗੱਲ ਕਰੀਏ। ਲੋਹੜੀ ਦੀ ਅਕਸਰ ਗੱਲ ਕਰੀਦੀ, ਕਹਿੰਦੇ ਵੀ ਇਹ ਦੁੱਲਾ ਭੱਟੀ ਦੀ ਗੱਲ ਹੁੰਦੀ ਹੈ, ਸੁੰਦਰੀਏ ਮੁੰਦਰੀਏ ਦੀ ਗੱਲ ਹੁੰਦੀ ਹੈ ਅਕਸਰ, ਇਹ ਦੰਦ ਕਥਾ ਕਹਿ ਲਓ ਚਾਹੇ ਕਥਾ ਕਹਿ ਲਓ, ਵੀ ਸੁੰਦਰੀ ਅਤੇ ਮੁੰਦਰੀ ਦੋ ਭੈਣਾਂ ਸੀਗੀਆਂ ਅਤੇ ਉਹ ਮੁਗਲਾਂ ਦਾ ਰਾਜ ਸੀ, ਉਹ ਲੁੱਟਦੇ ਸੀ ਜੇ ਉਹ, ਅਤੇ ਦੁੱਲੇ ਨੇ ਬਚਾ ਕੇ ਇਹਨਾਂ ਦਾ ਵਿਆਹ ਕੀਤਾ, ਸਿਰ ਸਿਰ ਸ਼ੱਕਰ ਜਿਹੜੀ ਇਹਨੂੰ ਪਾਈ। ਇਹ ਅਕਸਰ ਇਹ ਸੁੰਦਰੀਏ ਮੁੰਦਰੀਏ ਵਾਲਾ ਆਪਾਂ ਬਹੁਤ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ, ਸੁੰਦਰੀਏ ਮੁੰਦਰੀਏ ਵਾਲਾ ਫਿਲਮਾਂ ਦੇ ਵਿੱਚ ਵੀ ਗਾਇਆ ਪਾਇਆ।
ਹੋਰ ਵੀ ਲੋਕਾਂ ਨੇ ਦੇਖਿਆ ਸੁਣਿਆ, ਪਰ ਅਸਲ ਦੇ ਵਿੱਚ ਇਹ ਕਨਸੈਪਟ ਜਿਹੜਾ ਮੇਰੀ ਸਮਝ ਦੇ ਵਿੱਚ ਨਹੀਂ ਆਇਆ, ਜਿਹੜਾ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਕੁੜੀਆਂ ਦੇ ਉਹਨੇ ਵਿਆਹ ਕੀਤੇ ਅਤੇ ਸ਼ੇਰ ਸ਼ੱਕਰ ਪਾਈ, ਕਹਿੰਦੇ ਵੀ ਉਦੋਂ ਤੋਂ ਲੋਹੜੀ ਸ਼ੁਰੂ ਹੋ ਗਈ। ਵੈਸੇ ਕਹਿੰਦੇ ਵੀ ਭਗਤ ਕਬੀਰ ਜੀ ਦੀ ਪਤਨੀ ਜਿਹੜੀ ਲੋਈ ਸੀ, ਉਸ ਤੋਂ ਬਾਅਦ ਵੀ ਲੋਹੜੀ ਬਣੀ ਹੈ। ਸੋ ਇਤਿਹਾਸ ਤੁਸੀਂ ਮੈਨੂੰ ਦੱਸਣਾ ਸਾਰਾ, ਕੀ ਇਤਿਹਾਸ ਹੈਗਾ ਕੀ ਨਹੀਂ ਹੈਗਾ। ਪ੍ਰਹਲਾਦ ਵਾਲਾ ਵੀ ਕੇਸ ਹੈਗਾ ਕਿ ਉਹ ਅੱਗ ਵਾਲਾ, ਉਹ ਵੀ ਕੇਸ ਹੈਗੀਆਂ, ਸਾਰੀਆਂ ਚੀਜ਼ਾਂ ਹੈਗੀਆਂ ਨੇ ਬਰਾਬਰ। ਪਰ ਜਿਹੜੀ ਅਸੀਂ ਲੋਹੜੀ ਮਨਾਉਂਦੇ ਹਾਂ ਆਮ ਤੌਰ 'ਤੇ, ਚਲੋ ਹੁਣ ਚੰਗਾ ਰੁਝਾਨ ਹੈਗਾ ਵੀ ਕੁੜੀਆਂ ਦੀ ਲੋਹੜੀ ਵੀ ਮਨਾਉਂਦੇ ਨੇ, ਚੰਗੀ ਗੱਲ ਹੈ। ਪਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਲੋਹੜੀ ਮੁੰਡੇ ਦੀ ਮਨਾਈ ਜਾਂਦੀ ਸੀ, ਜਾਂ ਫਿਰ ਵਿਆਹ ਜਦੋਂ ਹੁੰਦਾ ਸੀ ਮੁੰਡੇ ਵਾਲੇ ਘਰ ਲੋਹੜੀ ਮਨਾਉਂਦੇ ਸੀ, ਜਿਨ੍ਹਾਂ ਦੇ ਘਰ ਵਿਆਹ ਹੋਇਆ ਮੁੰਡੇ ਵਾਲੇ ਘਰ ਲੋਹੜੀ ਪਾਉਂਦੇ ਸੀਗੇ, ਅੱਜ ਕੱਲ੍ਹ ਵੀ ਪਾਉਂਦੇ ਆ। ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਵੀ ਇਹਦਾ, ਇਸ ਕਹਾਣੀ ਦਾ ਦੁੱਲੇ ਭੱਟੀ ਦੇ ਨਾਲ ਕੀ ਸੰਬੰਧ ਹੈ, ਅਤੇ ਕਿਉਂ ਅਸੀਂ ਲੋਹੜੀ ਜਿਹੜੀ ਹੈ ਮੁੰਡਿਆਂ ਦੀ ਪਾਉਣੀ ਸ਼ੁਰੂ ਕੀਤੀ, ਮੁੰਡਿਆਂ ਦੀ ਲੋਹੜੀ ਵੰਡਣੀ ਸ਼ੁਰੂ ਕੀਤੀ, ਮੁੰਡਿਆਂ ਦੀ ਲੋਹੜੀ ਬਲਣੀ ਸ਼ੁਰੂ ਕੀਤੀ ਪਹਿਲਾਂ। ਅਗਰ ਕਾਫੀ ਪਿੱਛੇ ਨਜ਼ਰ ਮਾਰੀਏ ਇਹਦਾ ਕੀ ਕਾਰਨ ਹੈਗਾ ਕੀ ਨਹੀਂ ਹੈਗਾ, ਇਹ ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਬੜਾ ਵਧੀਆ ਗੀਤ, ਮਸਾਂ ਲਿਆ ਮੇਰੀ ਜਾਨ ਅੱਜ ਦਿਨ ਮਸਾਂ ਲਿਆ, ਲੋਹੜੀ ਦਾ ਦਿਨ ਕਹਿਣ ਤੋਂ ਭਾਵ। ਔਰ ਵੈਸੇ ਵੀ ਸਿਆਣੇ ਕਹਿੰਦੇ ਆ ਵੀ ਸਾਨੂੰ ਚੀਜ਼ ਦੀ ਵੈਲਿਊ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਬਹੁਤ ਦੇਰ ਬਾਅਦ ਜਾਂ ਅੱਡੀਆਂ ਰਗੜ ਰਗੜ ਕੇ ਮਿਲਦੀ ਹੈ। ਬਹੁਤ ਪਰਮਾਤਮਾ ਦਾ ਸ਼ੁਕਰ ਹੈ ਜਿਨ੍ਹਾਂ ਦੇ ਪਰਮਾਤਮਾ ਨੇ ਔਲਾਦ ਬਖਸ਼ੀ ਹੈ ਔਰ ਟਾਈਮ ਸਿਰ ਬਖਸ਼ੀ ਹੈ, ਔਰ ਜਿਨ੍ਹਾਂ ਦੇ ਔਲਾਦ ਜਿਹੜੀ ਹੈ ਉਹ ਬਹੁਤ ਦੇਰ ਬਾਅਦ, ਬਹੁਤ ਜ਼ਿਆਦਾ ਭੱਜ ਦੌੜ ਤੋਂ ਬਾਅਦ, ਬਹੁਤ ਜ਼ਿਆਦਾ ਓੜ ਪੋੜ ਤੋਂ ਬਾਅਦ, ਜਾਂ ਇਉਂ ਕਹਿ ਲਓ ਬਹੁਤ ਜ਼ਿਆਦਾ ਜਗ੍ਹਾ ਮੱਥੇ ਰਗੜਨ ਤੋਂ ਬਾਅਦ ਜਦੋਂ ਔਲਾਦ ਹੁੰਦੀ ਆ, ਅਤੇ ਫਿਰ ਉਹਦੀ ਕੀ ਵੈਲਿਊ ਆ ਉਹਨਾਂ ਨੂੰ ਪਤਾ ਹੁੰਦਾ। ਮੈਂ ਗਾਣਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ, ਅੱਜ ਦਿਨ ਮਸਾਂ ਲਿਆ ਮੇਰੀ ਜਾਨ ਲੋਹੜੀ ਦਾ ਦਿਨ ਹੈ। ਲੋਹੜੀ ਦਾ ਗੀਤ ਹੈਗਾ ਰਾਜ ਘੁੰਮਣ, ਆਰਟਿਸਟ ਹੈਗੇ ਨੇ, ਕੈਨੇਡਾ ਰਹਿੰਦੇ ਨੇ। ਪਹਿਲਾਂ ਅਸੀਂ ਉਹਨਾਂ ਦੀ ਇੱਕ ਵਾਰੀ ਇੰਟਰਵਿਊ ਕੀਤੀ ਸੀ 3-4 ਸਾਲ ਪਹਿਲਾਂ ਲੋਹੜੀ 'ਤੇ। ਉਹ ਅਕਸਰ ਲੋਹੜੀ ਦੇ ਗੀਤ ਇਸ ਤਰ੍ਹਾਂ ਕੱਢਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਦੇਖੋ ਉਹਨਾਂ ਦਾ ਇਹ ਗੀਤ, ਥੋੜ੍ਹਾ ਜਿਹਾ ਦਿਖਾਉਣੇ ਤੁਹਾਨੂੰ, ਥੋੜ੍ਹੇ ਗੀਤ ਦਿਖਾ ਕੇ ਨਾਲ ਗੱਲਾਂ ਬਾਤਾਂ ਕਰਾਂਗੇ, ਉਸ ਤੋਂ ਬਾਅਦ ਇਸ ਗੱਲ ਨੂੰ ਅੱਗੇ ਜਾਰੀ ਰੱਖਾਂਗੇ। ਪਰ ਤੁਹਾਡੀਆਂ ਕਾਲਾਂ ਜਿਹੜੀਆਂ, ਮੈਂ ਉਹ ਇਹ ਚਾਹਾਂਗਾ ਵੀ ਤੁਸੀਂ ਮੈਨੂੰ ਜ਼ਰੂਰ ਇਹਦੇ ਬਾਰੇ ਜਿੰਨੀ ਕੁ ਜਾਣਕਾਰੀ ਅਸੀਂ ਦਾਦੇ ਦਾਦੀਆਂ ਤੋਂ ਸੁਣੀ ਆ, ਜਾਂ ਇੱਧਰੋਂ ਉੱਧਰੋਂ ਸੁਣੀ ਆ, ਜਾਂ ਕਿਤੇ ਪੜ੍ਹੀ ਹੈ ਲੋਹੜੀ ਦੀ, ਅਤੇ ਨਾਲ ਦੀ ਨਾਲ ਅਸੀਂ ਮਾਘੀ ਦੀ ਵੀ ਗੱਲ ਕਰਾਂਗੇ। ਮਾਘੀ ਦਾ ਮੁਕਤਸਰ ਦਾ ਇਤਿਹਾਸ ਜਿਹੜਾ ਹੈਗਾ ਉਹ ਵੀ ਸਾਡੇ ਦਰਸ਼ਕਾਂ ਨੇ ਜ਼ਰੂਰ ਸਾਂਝਾ ਕਰਿਓ, ਅਤੇ ਲੋਹੜੀ ਦੇ ਨਾਲ ਨਾਲ ਇਸ ਬ੍ਰੇਕ ਤੋਂ ਬਾਅਦ ਮੈਂ ਜ਼ਰੂਰ ਮਾਘੀ ਦੀ ਗੱਲ ਕਰਨੀ ਚਾਹਾਂਗਾ। ਅਤੇ ਜਦੋਂ ਤੁਸੀਂ ਕਾਲ ਕਰੋਗੇ ਤੁਹਾਡੇ ਕੋਲੋਂ ਮੈਂ ਚਾਹਾਂਗਾ ਵੀ ਦੋਨੋਂ ਜਿਹੜੀਆਂ ਗੱਲਾਂ, ਦੋਨਾਂ ਬਾਰੇ ਆਪਾਂ, ਦੋਨਾਂ ਦੇ ਇਤਿਹਾਸ ਬਾਰੇ ਕਹਿ ਲਓ, ਚਾਹੇ ਦੋਨਾਂ ਦੀ ਗੱਲਬਾਤ ਜਿਹੜੀ ਜਾਣਕਾਰੀ ਬਾਰੇ ਕਹਿ ਲਓ, ਤਾਂ ਉਹ ਆਪਾਂ ਉਸ ਤੋਂ ਬਾਅਦ ਕਰਾਂਗੇ ਬ੍ਰੇਕ ਤੋਂ ਬਾਅਦ। ਪਰ ਹੁਣ ਫਿਲਹਾਲ ਲੋਹੜੀ ਜਿਹੜੀ, ਕਹਿੰਦੇ ਵੀ ਦੁੱਲਾ ਭੱਟੀ ਸੀ ਉਹਦਾ ਨਾਮ ਜਿਹੜਾ ਅਸਲ ਦੇ ਵਿੱਚ ਸੀਗਾ ਅਬਦੁੱਲਾ ਉਹਦਾ ਨਾਮ ਸੀਗਾ ਦੁੱਲਾ ਭੱਟੀ ਦਾ। ਅਤੇ ਇਹ ਅਕਬਰ ਦੇ ਰਾਜ ਦੀ ਗੱਲ ਹੈ, ਇਹ ਮੁਗਲਾਂ ਦੇ ਰਾਜ ਦੀ ਗੱਲ ਹੈ ਵੀ ਉਦੋਂ ਕਾਫੀ, ਕਹਿੰਦੇ ਬਹੁਤ ਦਲੇਰ ਹੁੰਦਾ ਸੀ, ਪੰਜਾਬ ਦਾ ਰੋਬਨ ਹੁੱਡ ਨੂੰ ਕਹਿੰਦੇ ਸੀਗੇ, ਬਹੁਤ ਦਲੇਰ। ਆਮ ਤੌਰ 'ਤੇ ਅਕਸਰ ਉਹ ਜਿਹੜੇ ਮੁਗਲਾਂ ਦੀ ਫੇਵਰ ਕਰਨ ਵਾਲੇ ਜਾਂ ਮੁਗਲਾਂ ਦੇ ਰਾਜ ਦੇ ਵਿੱਚ ਲੁੱਟਣ ਕੁਸੁੱਟਣ ਵਾਲੇ ਸੀਗੇ, ਉਹਨਾਂ ਨੂੰ ਕਹਿੰਦੇ ਉਹ ਲੁੱਟਦਾ ਸੀ, ਅਤੇ ਗਰੀਬਾਂ ਨੂੰ ਉਹ ਲੁੱਟ ਕੇ ਪੈਸਾ ਜਾਂ ਜੋ ਵੀ ਹੁੰਦਾ ਸੀ ਉਹ ਦਿੰਦਾ ਸੀਗਾ। ਪਰ ਇਹਦੇ ਨਾਲ ਸਾਡੀ ਲੋਹੜੀ ਦਾ ਕੀ ਸੰਬੰਧ ਆ, ਹਾਲਾਂਕਿ ਉਹ ਪੰਜਾਬ ਦਾ ਸੀ, ਇਹ 16ਵੀਂ ਸਦੀ ਦੀ ਗੱਲ ਹੈ, ਪਰ 1599 ਦੇ ਵਿੱਚ, 26 ਮਾਰਚ 1599 ਨੂੰ ਉਹਨੂੰ ਫਿਰ ਮੁਗਲਾਂ ਨੇ ਫਾਂਸੀ ਦੇ ਕੇ ਮਾਰ ਦਿੱਤਾ ਸੀਗਾ। ਅਤੇ 16ਵੀਂ ਸਦੀ ਦੀ ਗੱਲ ਹੈਗੀ ਆ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਲੋਹੜੀ ਦਾ ਸਾਡੇ ਪੰਜਾਬੀਆਂ ਦੇ ਨਾਲ, ਪੰਜਾਬੀਆਂ ਦੇ ਰੀਤੀ ਰਿਵਾਜ਼ਾਂ ਨਾਲ ਕੀ ਸੰਬੰਧ ਹੈ, ਕੀ ਪੰਜਾਬੀਆਂ ਦੇ ਰੀਤੀ ਰਿਵਾਜ਼ ਜਿਹੜੇ ਹੈਗੇ ਨੇ ਇਸ ਲੋਹੜੀ ਦਾ, ਜਿਹੜਾ ਅਸੀਂ, ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮੁੰਡੇ ਦੀ ਲੋਹੜੀ ਮਨਾਉਂਦੇ ਸੀ, ਅਤੇ ਦੁੱਲੇ ਭੱਟੀ ਦੀ ਗੱਲ ਕਰੀਏ ਤਾਂ ਉਹਨੇ ਕੁੜੀਆਂ ਨੂੰ ਸ਼ੇਰ ਸ਼ੱਕਰ ਪਾਈ ਸੀ, ਅਤੇ ਸਾਡੇ ਕੁੜੀਆਂ ਨੂੰ ਤਾਂ ਜੰਮਣ ਤੋਂ ਵਰਜਿਆ ਜਾਂਦਾ ਸੀਗਾ। ਬਹੁਤ ਸਾਰੇ ਪਿੰਡਾਂ ਦੀ ਗੱਲ ਕਰ ਲਈਏ ਪੁਰਾਣੀ, ਮੈਂ ਹੁਣ ਗੱਲ ਛੇੜਨੀ ਨਹੀਂ ਚਾਹੁੰਦਾ, ਅਤੇ ਬਹੁਤ ਸਾਰੇ ਮਾਲਵੇ ਦੇ ਪਿੰਡਾਂ ਵਿੱਚ ਦੱਸਦੇ ਨੇ, ਸਾਡੇ ਹੀ ਰਿਸ਼ਤੇਦਾਰ ਬਜ਼ੁਰਗ ਜਿਹੜੇ ਹੈਗੇ ਨੇ ਦੱਸਦੇ ਨੇ, ਮਾਲਵੇ ਦੇ ਪਿੰਡਾਂ ਦੇ ਵਿੱਚ ਤਾਂ ਕੋਈ ਫੀਮ ਆਮ ਹੁੰਦੀ ਸੀਗੀ, ਨਿੱਕੀ ਬੱਚੀ ਨੂੰ ਫੀਮ ਦੇ ਕੇ ਵੀ ਸਜ਼ਾ ਨਹੀਂ ਸਲਾਹ ਦਿੱਤਾ ਜਾਂਦਾ ਸੀਗਾ। ਉਹ ਤਾਂ ਗੱਲ ਕਰਦੇ ਨੇ ਕਿ ਕੁੜੀਆਂ ਦੀ ਲੋਹੜੀ ਪਾਈ ਉਹਨੇ, ਕੁੜੀਆਂ ਨੂੰ ਉਹਨੇ ਸਤਿਕਾਰ ਦਿੱਤਾ, ਪਰ ਸਾਡੇ ਅਸੀਂ ਸਿਰਫ ਮੁੰਡਿਆਂ ਦੀ ਜਾਂ ਮੁੰਡੇ ਦੇ ਵਿਆਹ ਦੀ ਲੋਹੜੀ ਪਾਉਂਦੇ ਸੀ, ਇਹਦਾ ਕੀ ਕਾਰਨ ਹੈਗਾ, ਇਹ ਮੈਂ ਤੁਹਾਡੀਆਂ ਕਾਲਾਂ ਜਾਣੂੰਗਾ। ਪਰ ਉਸ ਤੋਂ ਪਹਿਲਾਂ ਇੱਕ ਗੀਤ ਛੋਟਾ ਜਿਹਾ ਹੋਰ ਮੈਂ ਸਾਂਝਾ ਕਰਨਾ ਚਾਹੁੰਦਾ। ਇੱਕ ਚੰਗੀ ਗੱਲ ਆ ਵੈਸੇ ਕਿ ਹਿੰਦੀ ਫਿਲਮਾਂ ਦੇ ਵਿੱਚ ਵੀ ਜਦੋਂ ਪੰਜਾਬੀ ਟੱਚ ਹੁੰਦਾ ਸਾਡੇ ਤਿਉਹਾਰਾਂ ਦੀ ਗੱਲ ਹੁੰਦੀ ਹੈ ਤਾਂ ਵਧੀਆ ਲੱਗਦਾ, ਹਾਲਾਂਕਿ ਉਹ ਕਈ ਵਾਰੀ ਸੈਂਸ ਜਿਹੜੀ ਉਹ ਚੇਂਜ ਕਰ ਦਿੰਦੇ, ਉਹਨਾਂ ਨੂੰ ਸੈਂਸ ਨਹੀਂ ਪਤਾ ਹੁੰਦੀ ਵਰਡਿੰਗ ਦੀ, ਪਰ ਫਿਰ ਵੀ ਚੰਗਾ ਲੱਗਦਾ, ਬੜਾ ਵਧੀਆ ਗੀਤ ਮੈਨੂੰ ਲੱਗਿਆ। ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਉਸ ਗੀਤ ਦੇ ਵਿੱਚ ਲਤਾ ਮੰਗੇਸ਼ਕਰ ਜੀ ਦੇ ਨਾਲ ਗੁਰਦਾਸ ਮਾਨ ਨੇ ਉਹ ਗੀਤ ਗਾਇਆ ਸੀ, ਫਿਲਮ ਸੀਗੀ ਵੀਰ ਜ਼ਾਰਾ। ਵੀਰ ਜ਼ਾਰਾ ਦੇ ਵਿੱਚ ਅਮਿਤਾਭ ਬੱਚਨ, ਹੇਮਾ ਮਾਲਿਨੀ, ਸ਼ਾਹਰੁਖ ਖਾਨ,
ਪ੍ਰੀਟੀ ਜ਼ਿੰਟਾ ਸਾਰੇ ਇਹ ਕਲਾਕਾਰ ਜਿਹੜੇ ਪੰਜਾਬ ਦੀ ਸ਼ੂਟਿੰਗ ਹੋਈ ਹੈ ਬਕਾਇਦਾ ਰੋਪੜ ਨੇੜੇ ਦੀ ਜੀ। ਲੋਹੜੀ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਨਾਲ ਦੀ ਨਾਲ ਬ੍ਰੇਕ ਤੋਂ ਬਾਅਦ ਅਸੀਂ ਮਾਘੀ ਦੀ ਵੀ ਗੱਲ ਜ਼ਰੂਰ ਕਰਨੀ ਚਾਹਾਂਗੇ, ਜ਼ਰੂਰ ਸਾਂਝੀ ਕਰਨੀ ਚਾਹਾਂਗੇ ਜਾਣਕਾਰੀ ਤੁਹਾਡੇ ਜ਼ਰੀਏ। ਵੈਸੇ ਅਗਰ ਲੋਹੜੀ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਦੋਂ ਨਿੱਕੇ ਨਿੱਕੇ ਹੁੰਦੇ ਜਾਂਦੇ ਲੋਹੜੀ ਮੰਗਦੇ ਸੀ, ਖਾਸ ਤੌਰ 'ਤੇ ਕੁੜੀਆਂ ਜਿਹੜੀਆਂ ਉਹ ਵੱਡੀਆਂ ਵੀ ਮੰਗਦੀਆਂ ਸੀ। ਤਿੰਨ ਚਾਰ ਗਰੁੱਪ ਆਉਂਦੇ ਹੁੰਦੇ ਸੀ ਅਤੇ ਘਰਦਿਆਂ ਨੇ ਅਲੱਗ ਅਲੱਗ ਦਾਣੇ ਪਾ ਕੇ ਰੱਖੇ ਹੁੰਦੇ ਸੀ, ਜਿਹੜੇ ਛੋਟੇ ਨਿਆਣੇ ਨੇ ਉਹਨਾਂ ਨੂੰ ਇੰਨੇ ਕੁ ਪਾਉਣੇ ਆ, ਜਿਹੜੇ ਉਦੋਂ ਵੱਡੇ ਉਹਨਾਂ ਨੇ ਇੰਨੇ ਪਾਉਣੇ, ਅਤੇ ਜਿਹੜੀਆਂ ਫਿਰ ਕੁੜੀਆਂ ਹੁੰਦੀਆਂ ਸੀ ਵੱਡੀਆਂ, 10-20 ਪਿੰਡ ਪੂਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਆਉਂਦੀਆਂ ਸੀਗੀਆਂ ਉਦੋਂ, ਅਤੇ ਉਦੋਂ ਫਿਰ ਇਹ ਹੁੰਦਾ ਸੀਗਾ ਕਿ ਉਹਨਾਂ ਵਾਸਤੇ ਵਾਹਵਾ ਪਰਾਤ ਦੇ ਵਿੱਚ ਦਾਣੇ ਪਾ ਕੇ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ। ਇੱਕ ਵੱਖਰਾ ਮਾਹੌਲ, ਜਿਹੜੇ ਘਰ ਤੋਂ ਵਧੀਆ ਮਿਲ ਜਾਣਾ ਉਹਦੇ ਘਰ ਨੂੰ ਕਹਿਣਾ ਵੀ ਚੰਗਾ ਵੀ ਚੰਗਾ, ਇਹ ਘਰ ਚੰਗਾ, ਹੁੱਕਾ ਵੀ ਹੁੱਕਾ, ਇਹ ਘਰ ਭੁੱਖਾ, ਇਹੋ ਜਿਹਾ ਮਾਹੌਲ ਉਸ ਸਮੇਂ ਹੁੰਦਾ ਸੀ। ਲੋਹੜੀ ਵਾਲੇ ਦਿਨ ਉਡੀਕ ਹੁੰਦੀ ਸੀ ਘਰਦਿਆਂ ਨੂੰ ਵੀ, ਜਿਨ੍ਹਾਂ ਦੇ ਘਰ ਦੇ ਨਿਆਣੇ ਨਹੀਂ ਵੀ ਹੈਗੇ ਵਿਆਹੇ ਵਰੇ ਗਏ ਆ ਉਹਨਾਂ ਨੂੰ ਵੀ ਉਡੀਕ ਹੁੰਦੀ ਸੀ। ਫਿਰ ਜਿਸ ਘਰੇ ਕਿਤੇ ਗਲਤੀ ਨਾਲ ਨਹੀਂ ਸੀ ਜਾਂਦੇ ਲੋਹੜੀ ਮੰਗਣ ਨਿਆਣੇ ਕਹਿ ਲਓ ਚਾਹੇ ਕੁੜੀਆਂ, ਤਾਂ ਉਹਨਾਂ ਨੂੰ ਬੜਾ ਮਹਿਸੂਸ ਹੁੰਦਾ ਸੀ ਯਾਰ ਸਾਡੇ ਘਰ ਆਏ ਨਹੀਂ। ਹੋ ਸਕਦਾ ਇੱਕ ਵਾਰ ਇੱਕ ਅੱਧੀ ਵਾਰੀ ਕੁੰਡਾ ਖੜਕਾ ਕੇ ਮੁੜ ਗਏ ਹੁਣ, ਪਰ ਉਹਨਾਂ ਨੂੰ ਮਹਿਸੂਸ ਬਹੁਤ ਹੁੰਦਾ ਸੀ ਵੀ ਸਾਡੇ ਘਰ ਆਏ ਕਿਉਂ ਨਹੀਂ। ਬੜਾ ਵਧੀਆ ਮਾਹੌਲ ਹੁੰਦਾ ਸੀ, ਔਰ ਉਹਨੂੰ ਪਤਾ ਹੀ ਨਹੀਂ ਹੁੰਦਾ ਸੀ ਉਹਦੇ ਇਤਿਹਾਸ ਬਾਰੇ, ਤਾਂ ਕੋਈ ਜਾਣਕਾਰੀ ਰੱਖਣ ਦੀ ਕੋਈ ਨੌਬਤ ਹੀ ਨਹੀਂ ਆਉਂਦੀ ਸੀ ਵੀ ਕੀ ਹੈਗੀ ਇੱਕ ਸੈਲੀਬ੍ਰੇਟ। ਸਭ ਤੋਂ ਵੱਧ ਪਿਆਰ ਮੁਹੱਬਤ ਵਾਲਾ ਅਗਰ ਤਿਉਹਾਰ ਹੈ, ਸਾਰੇ ਜਾਣੇ ਆਂਢ ਗੁਆਂਢ ਮੁਹੱਲੇ ਵਾਲੇ ਰਿਸ਼ਤੇਦਾਰ ਅਗਰ ਇੱਕ ਜਗ੍ਹਾ ਬੈਠਦੇ ਨੇ, ਤਾਂ ਉਹ ਇਹ ਤਿਉਹਾਰ ਹੈਗਾ ਕੀ ਵਿਚਾਰ ਨੇ ਇਹਦੇ ਬਾਰੇ ਤੁਹਾਡੇ, ਜਾਂ ਫਿਰ ਕੀ ਜਾਣਕਾਰੀ ਕੀ ਇਤਿਹਾਸ ਬਾਰੇ ਜਾਣਕਾਰੀ ਹੈ ਮਾਘੀ ਦਾ ਜੋ ਤਿਉਹਾਰ ਹੈ, ਮੁਕਤਸਰ ਸਾਹਿਬ ਦਾ ਜਿਹੜਾ ਹੈਗਾ ਖਿਦਰਾਨੀ ਢਾਬ ਦਾ ਇਹ ਇਤਿਹਾਸ ਹੈਗਾ, ਉਹਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕਰਿਓ। ਫਿਲਹਾਲ ਇੱਕ ਬ੍ਰੇਕ ਜਿਹੜੀ ਆ ਉਹ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਫਟਾਫਟ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਦੇਵਾਂਗੇ ਅਤੇ ਲਵਾਂਗੇ ਜਾਣਕਾਰੀ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ ਲੋਹੜੀ ਬਾਰੇ, ਅਤੇ ਨਾਲ ਨਾਲ ਮਾਘੀ ਦੀ ਜੇ ਮੈਂ ਗੱਲ ਕਰਾਂ। ਮੁਕਤਸਰ ਸਾਹਿਬ ਜਿਹੜੇ ਹੈ ਖਿਦਰਾਨੇ ਦੀ ਢਾਬ ਜਿਹਨੂੰ ਕਿਹਾ ਜਾਂਦਾ ਸੀ, ਉਹ ਜਿਹੜਾ ਏਰੀਆ ਸੀਗਾ ਰੇਤਲੇ ਟਿੱਬੇ ਸੀ, ਖੁਸ਼ਕ ਝਾੜੀਆਂ ਸੀਗੀਆਂ, ਪਰ ਉਹਨੂੰ ਭਾਗ ਜਿਹੜੇ ਲੱਗੇ ਜਦੋਂ ਲੱਗੇ ਆ ਉਹ ਆਪਾਂ ਹਮੇਸ਼ਾ ਗੱਲ ਕਰੀ ਦੀ ਹੈ, ਜਾਂ ਤੁਸੀਂ ਭਲੀਭਾਂਤ ਜਾਣਦੇ ਹੋਵੋਗੇ ਕਿ 40 ਮੁਕਤਿਆਂ ਦੀ ਧਰਤੀ ਉਹਨਾਂ ਨੂੰ ਕਿਹਾ ਜਾਂਦਾ। ਮਹਾਂ ਸਿੰਘ ਜੀ ਦੀ ਅਗਵਾਈ ਹੇਠ 40 ਮੁਕਤੇ ਜਿਹੜੇ ਉਹ ਮੁਕਤਸਰ ਸਾਹਿਬ ਹੋਏ ਸੀ, ਔਰ ਉੱਥੇ ਜਦੋਂ ਵਿਦਾਵਾ ਲਿਖ ਕੇ ਦੇ ਦਿੱਤਾ ਸੀ, ਅਤੇ ਉਸ ਤੋਂ ਬਾਅਦ ਜਦੋਂ ਮਾਈ ਭਾਗੋ ਜੀ ਨੇ ਹਥਿਆਰ ਚੱਕ ਲਏ ਸੀਗੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਤਾਨਾ ਵੀ ਮਾਰਿਆ ਸੀ ਵੀ ਤੁਸੀਂ ਚੂੜੀਆਂ ਪਾ ਲਓ ਵਿਦਾਵਾ ਲਿਖਣ ਵਾਲੇ ਨੂੰ, ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਾ ਕੇ ਜੰਗ ਲੜੀ ਸੀ, ਅਤੇ 1705 ਦੇ ਵਿੱਚ ਉਹ ਸ਼ਹੀਦ ਹੋ ਗਏ ਸੀਗੇ। ਅਤੇ ਜਦੋਂ ਉਹ ਕਹਿੰਦੇ ਭਾਈ ਮਹਾਂ ਸਿੰਘ ਜੀ ਦਾ ਜਿਹੜੀ ਉਹ ਸਾਹ ਲੈਂਦੇ ਸੀ ਥੋੜ੍ਹੇ ਥੋੜ੍ਹੇ, ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਏ, ਅਤੇ ਉਹਨਾਂ ਨੇ ਉਹਨਾਂ ਦਾ ਮੂੰਹ ਸਾਫ਼ ਕੀਤਾ ਅਤੇ ਪੁੱਛਿਆ ਵੀ ਮੰਗ ਕੋਈ ਦੱਸੋ, ਕੋਈ ਇੱਛਾ ਹੋਵੇ, ਕੋਈ ਕੁਛ, ਕੋਈ ਵਰ ਮੰਗ ਲਓ। ਤਾਂ ਉਹ ਕਹਿੰਦੇ ਜੀ ਫਿਰ ਬੇਨਤੀ ਇਹੀ ਹੈ ਵੀ ਜੇ ਤੁਸੀਂ ਸਾਨੂੰ ਮਾਫ਼ ਕਰ ਦਿਓ, ਜਿਹੜੀ ਸੰਗਤ ਹੈਗੀ ਸਾਰੀ ਮੁਕਤਸਰ ਦੀ ਉਹਨਾਂ ਨੂੰ ਮਾਫ਼ ਕਰ ਦਿਓ ਔਰ ਵਿਦਾਵਾ ਪਾੜ ਦਿਓ, ਤਾਂ ਇਦੋਂ ਵੱਡੀ ਗੱਲ ਮੇਰੇ ਵਾਸਤੇ ਕੋਈ ਨਹੀਂ। ਹੁਣ ਗੁਰੂ ਸਾਹਿਬ ਨੇ ਕਦੇ ਵਿਦਾਵਾ ਹੀ ਨਹੀਂ ਪਾੜਿਆ ਸੀ, ਸਗੋਂ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ 40 ਮੁਕਤਿਆਂ ਦਾ ਜਿਹੜਾ ਵਰਦਾਨ ਉਹ ਵੀ ਦਿੱਤਾ ਸੀਗਾ। ਸੋ ਤੁਹਾਡੀਆਂ ਕਾਲਾਂ ਲੈਂਦੇ ਆ, ਕੀ ਵਿਚਾਰ ਨੇ ਲੋਹੜੀ ਬਾਰੇ ਜਾਂ ਫਿਰ ਆਪਣਾ ਮਾਘੀ ਬਾਰੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਦਰਸ਼ਨ ਜੀ, ਤੁਸੀਂ ਮੈਂ ਕਿਹਾ ਇੰਡੀਆ ਉਂਡੀਆ ਚੱਲ ਗਏ, ਕਦੇ ਸੁੱਖ ਸੁਨੇਹਾ ਕੋਈ ਫੋਨ ਆਏ ਨਹੀਂ? ਨਹੀਂ ਨਹੀਂ, ਸੁਣਦੀ ਤਾਂ ਹਾਂ, ਦਰਅਸਲ ਤੁਹਾਡਾ ਕੁਛ ਲੇਟ ਹੋਣ ਕਰਕੇ ਨਾ ਕਈ ਵਾਰੀ ਨੀਂਦ ਆ ਜਾਂਦੀ। ਅੱਛਾ ਅੱਛਾ, ਹਾਂ ਤੁਹਾਡਾ ਇੱਥੋਂ ਫਰਕ ਹੈ ਇਧਰ ਲਾ, ਲੇਟ ਹੋ ਜਾਂਦਾ ਨਾ, 11 ਵੱਜ ਜਾਂਦੇ ਤੇ ਨੀਂਦ ਦਾ ਟਾਈਮ ਹੁੰਦਾ ਕਿਸੇ, ਪਰ ਮੈਂ ਸੁਣਦੀ ਹਾਂ। ਠੀਕ ਹੈ ਜੀ, ਸਭ ਠੀਕ ਠਾਕ ਹੋ? ਪਹਿਲੇ ਸਭ ਤੋਂ ਪਹਿਲੇ ਤੇ ਤੁਹਾਡੇ ਜ਼ੋਰਾਵਰ ਦੀ ਲੋਹੜੀ ਦੀ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ, ਥੈਂਕ ਯੂ, ਤੇ ਬਹੁਤ ਜੀ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ। ਚਲੋ ਇੱਕ ਵਧੀਆ ਮੌਕਾ ਹੁੰਦਾ, ਹੁਣ ਤਾਂ ਥੋੜਾ ਥੋੜਾ ਮੁਸਕਰਾਉਂਦਾ ਹੋਏਗਾ। ਹਾਂਜੀ ਹਾਂਜੀ, ਦੇਖਦਾ ਇੱਥੇ ਮੈਂ ਸਟੂਡੀਓ ਚ ਲੈ ਆਉਣਾ ਹੁੰਦਾ ਤੇ ਫਿਰ ਦੇਖਦਾ ਹੁੰਦਾ ਆਲਾ ਦੁਆਲਾ ਜੇ ਤੇ ਰੰਗ ਬਰੰਗਾ ਜੇ। ਹਾਂ ਬਿਲਕੁਲ, ਅਜੇ ਜ਼ਿਆਦਾ ਲਾਈਟ ਨਾ ਲਿਆਇਆ ਕਰੋ, ਬਹੁਤ ਜ਼ਿਆਦਾ ਲਾਈਟ ਨਹੀਂ, ਜ਼ਿਆਦਾ ਨਹੀਂ, ਲਾਈਟ ਤੇ ਘੱਟ ਹੁੰਦੀ ਫਿਰ ਬੰਦ ਹੁੰਦੀ, ਲਾਈਟ ਬਾਅਦ ਜਗਾਉਣੇ ਪ੍ਰੋਗਰਾਮ ਵੇਲੇ। ਹਾਂ ਬਿਲਕੁਲ, ਲਾਈਟਾਂ ਚ ਅੱਜ ਜ਼ਿਆਦਾ ਨਹੀਂ ਬੱਚੇ ਨੂੰ। ਥੈਂਕ ਯੂ ਜੀ, ਥੈਂਕ ਯੂ, ਤੁਸੀਂ ਠੀਕ ਹੋ? ਬਿਲਕੁਲ ਜੀ, ਭਗਵਾਨ ਦੀ ਦਇਆ ਉੱਪਰ ਵਾਲੇ ਦੀ। ਹਾਂਜੀ, ਲੋਹੜੀ ਬਾਰੇ ਆਪਾਂ, ਲੋਹੜੀ ਦੇ ਬਾਰੇ ਤੁਸੀਂ ਦੱਸ ਹੀ ਦਿੱਤਾ, ਜਿਹੜੀ ਬੜੀ ਪ੍ਰਾਚੀਨ ਕਥਾ ਹੈ ਦੁੱਲਾ ਭੱਟੀ ਵਾਲੇ ਦੀ, ਹਰ ਇੱਕ ਨੂੰ ਪਤਾ, ਬੱਚੇ ਬੱਚੇ ਨੂੰ ਪਤਾ ਇਸ ਚੀਜ਼ ਦਾ। ਹਾਂਜੀ,
ਸ਼ੇਰ ਚੱਕਰ ਪਾਏ ਪੰਜਾਬੀ ਚ ਬੋਲਦੇ ਨੇ, ਲੇਕਿਨ ਅਸਲੀ ਵਰਡ ਹੈ ਸ਼ੇਰ ਸ਼ੇਰ ਚੱਕਰ ਪਾਏ। ਉਹਨੂੰ ਇੱਕ ਸ਼ੇਰ ਸ਼ੱਕਰ ਦਿੱਤੀ ਸੀ ਕਿਉਂਕਿ ਉਹ ਅਮੀਰ ਤਾਂ ਨਹੀਂ ਸੀ ਨਾ, ਉਹਨਾਂ ਨੂੰ ਦਹੇਜ ਦੀ ਜਗ੍ਹਾ ਤੇ ਉਹਨਾਂ ਨੇ ਸ਼ੱਕਰ ਦੇ ਦਿੱਤੀ ਸੀ ਕੁੜੀਆਂ ਨੂੰ। ਸ਼ੇਰ ਚੱਕਰ ਪਾਈ, ਹਾਂ ਸ਼ੇਰ ਚੱਕਰ ਪਾਈ, ਇੱਕ ਸ਼ੇਰ ਜਿਸ ਤਰ੍ਹਾਂ ਹੁੰਦੇ ਅੱਧਾ ਸ਼ੇਰ ਸ਼ੇਰ ਪਾ ਹੁੰਦਾ ਨਾ, ਉਸ ਤਰ੍ਹਾਂ ਦੱਸਦੇ ਤੇ ਅਸੀਂ ਬੋਲਣ ਚ ਕਹਿ ਦਿੰਦੇ ਸ਼ੇਰ ਸ਼ੱਕਰ ਪਾਈ। ਹਾਂਜੀ ਹਾਂਜੀ ਸ਼ੇਰ ਤੇ ਬਾਕੀ ਉਹ ਕਹਾਣੀ ਤੇ ਪ੍ਰਾਚੀਨ ਹੈ ਹੀ ਹੈ, ਠੀਕ ਹੈ। ਤੇ ਲੋਹੜੀ ਤੇ ਦਰਅਸਲ ਐਸਾ ਹੈ ਕਿ ਕਿਸਾਨਾਂ ਦਾ ਤਿਉਹਾਰ ਹੈ ਦੇਖਿਆ ਜਾਏ ਤੇ, ਰੱਬੀ ਦੀ ਫਸਲ ਜਿਹੜੀ ਹੈ ਇਸ ਵਕਤ ਤਿਆਰ ਹੋ ਚੁੱਕੀ ਹੁੰਦੀ ਹੈ, ਕਿਸਾਨ ਬਹੁਤ ਖੁਸ਼ ਹੁੰਦੇ ਨੇ ਵੀ ਫਸਲ ਵੱਢਣ ਦਾ ਟਾਈਮ ਆ ਗਿਆ ਉਹਨਾਂ ਦਾ। ਔਰ ਸਭ ਤੋਂ ਵੱਡੀ ਚੀਜ਼ ਤੇ ਇਹ ਹੈ ਕਿ ਅੱਜ ਮਕਰ ਸੰਕ੍ਰਾਂਤੀ ਹੈ, ਸੂਰਿਆ ਦੇਵਤਾ ਨੇ ਸ਼ਿਫਟ ਕਰਕੇ ਮਕਰਾ ਉਹਦੇ ਚ ਕੈਪਰੀਕੋਨ ਰਾਸ਼ੀ ਚਲੇ ਜਾਣਾ, ਆਪਣਾ ਸ਼ਿਫਟ ਕਰ ਜਾਣਾ, ਔਰ ਅੱਜ ਤੋਂ ਉਹਨਾਂ ਦਾ ਦਿਨ ਸਾਡਾ ਪਲ ਪਲ ਲੰਬਾ ਹੋ ਜਾਣਾ ਵਾ। ਜੀ ਜੀ ਹਾਂ, ਅੱਜ ਤੋਂ ਬਾਅਦ ਫਿਰ ਆਈ ਬਸੰਤ ਪਾਲਾ ਉਡੰਤ ਵੀ ਕਹਿੰਦੇ ਹੁੰਦੇ ਸੀ। ਹਾਂਜੀ ਉਹ ਪਲ ਪਲ ਦਿਨ ਵਧੇਗਾ, ਤਿਲ ਤਿਲ ਕਰਕੇ ਦਿਨ ਵਧਣਾ ਸ਼ੁਰੂ ਹੋ ਜਾਏਗਾ। ਤੇ ਇੱਕ ਮਤਲਬ ਸੀਜ਼ਨ ਇਹ ਸੀਜ਼ਨ ਵੀ ਹੈ ਤੇ ਰਿਲੀਜੀਅਸ ਵੀ ਹੈ। ਵਾਹ ਜੀ ਵਾਹ, ਬਿਲਕੁਲ ਜੀ ਬਿਲਕੁਲ, ਦੋਨੋਂ ਜਿਹੜੇ ਫੈਸਟੀਵਲ ਨੇ ਦੋਨੋਂ ਨਾਲ ਨਾਲ ਚੱਲਦੇ ਨੇ। ਬਾਕੀ ਕਈ ਲੋਕ ਕੰਫਿਊਜ਼ ਹੋ ਜਾਂਦੇ ਨੇ ਪ੍ਰਹਲਾਦ ਦੇ ਨਾਲ, ਉਹ ਪ੍ਰਹਲਾਦ ਦੀ ਚੀਜ਼ ਅਲੱਗ ਸੀ, ਉਹ ਹੋਲਿਕਾ ਸੀ, ਹੋਲੀ ਸੀ ਜੀ, ਉਹਦੇ ਨਾਲ ਉਹਦਾ ਇਤਨਾ ਕਨੈਕਸ਼ਨ ਨਹੀਂ ਹੈ ਪ੍ਰਹਲਾਦ ਦੇ ਨਾਲ। ਅੱਛਾ ਜੀ, ਠੀਕ ਹੈ ਜੀ। ਹਾਂ ਉਹ ਹੋਲਿਕਾ ਸੀ ਕਿ ਪ੍ਰਹਲਾਦ ਜੀ, ਪ੍ਰਹਲਾਦ ਭਗਵਾਨ ਨੂੰ ਮੰਨਦਾ ਸੀ, ਉਹ ਹਰਨਾਕਸ਼ਯਪ ਦੇ ਅੱਗੇ ਸੀ, ਉਹਨੇ ਆਪਣੀ ਭੈਣ ਨੂੰ ਕਿਹਾ ਕਿ ਤੈਨੂੰ ਵਰਦਾਨ ਹੈ, ਤੂੰ ਅੱਗ ਦੇ ਵਿੱਚ ਜਲਣਾ ਨਹੀਂ ਤੇ ਤੂੰ ਇਹਨੂੰ ਗੋਦੀ 'ਚ ਲੈ ਕੇ ਬੈਠ ਜਾ। ਤੇ ਉਹ ਆਪ ਜਲ ਗਈ ਤੇ ਪ੍ਰਹਲਾਦ ਨਹੀਂ ਜਲਿਆ ਕਿਉਂਕਿ ਉਹ ਭਗਵਾਨ ਨੂੰ ਮੰਨਦਾ ਸੀਗਾ। ਉਹ ਚੀਜ਼ ਟੋਪਿਕ ਅਲੱਗ ਹੈ, ਲੇਕਿਨ ਇਹ ਜਿਹੜਾ ਹੈ ਸਾਡਾ ਅਲੱਗ ਟੋਪਿਕ ਹੈ। ਚਲੋ ਬਹੁਤ ਮਿਹਰਬਾਨੀ ਜੀ ਤੁਹਾਡੀ, ਬਹੁਤ ਮਿਹਰਬਾਨੀ। ਕੁਛ ਦੋ ਲਾਈਨਾਂ ਮੈਂ ਤੁਹਾਨੂੰ ਸੁਣਾ ਦੇਵਾਂਗੀ। ਸਭ ਨੂੰ ਲੋਹੜੀ ਦੀ ਵਧਾਈ ਹੋਵੇ, ਘਰ ਘਰ ਬੱਲੇ ਲੋਹੜੀ ਖੁਸ਼ੀ ਰਲ ਕੇ ਮਨਾਈ ਹੋਵੇ, ਧੀਆਂ ਪੁੱਤਾਂ ਦੀ ਮਨਾਓ ਲੋਹੜੀ, ਖੁਸ਼ੀਆਂ ਦਾ ਦਿਨ ਆਇਆ ਅੱਜ ਰਜ ਰਜ ਪਾਓ ਲੋਹੜੀ, ਮੋਤੀਆਂ ਦਾ ਵਿਸਾਰੋ ਨਾ ਰੱਬ ਦੀਆਂ ਰਹਿਮਤਾਂ ਨੂੰ, ਲੋਕੋ ਕੁੱਖਾਂ ਵਿੱਚ ਮਾਰੋ ਨਾ। ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰਦਾਰ ਗਿਆਨ ਸਿੰਘ ਜੀ। ਹਾਂਜੀ ਠੀਕ ਹੈ, ਬਹੁਤ ਵਧੀਆ ਜੀ। ਹਾਂਜੀ ਕੀ ਵਿਚਾਰ? ਮੈਂ ਲੋਹੜੀ ਬਾਰੇ ਥੋੜਾ ਜਿਹਾ ਆਪਣਾ ਵਿਚਾਰ ਦੇਣ ਲੱਗਾ, ਜੇ ਇਹਦਾ ਤੁਸੀਂ ਵੀ ਕੋਈ ਲਾਓ ਹਿਸਾਬ। ਤਾਂ ਲੋਹੜੀ ਮੁੰਡੇ ਦੀ ਹੀ ਪਾਈ ਜਾਂਦੀ ਸੀ, ਹੈਨਾ, ਫਿਰ ਉਹ ਇਹੀ ਗੱਲ ਕੀਤੀ ਹੈ ਨਾ ਜੀ, ਉਹ ਇਸ ਕਰਕੇ ਕਿ ਜਿਹੜਾ ਬੰਸ ਤੁਰਦਾ ਅੱਗੇ ਮੁੰਡੇ ਦੇ ਘਰ ਤੁਰਦਾ ਆ, ਲੜਕੀ ਜਿਸ ਘਰ ਜੰਮਦੀ ਆ ਲੜਕੀ ਉਸ ਘਰ ਦਾ ਬੰਸ ਅੱਗੇ ਨਹੀਂ ਤੋਰ ਸਕਦੀ। ਠੀਕ ਨੇ ਜੀ, ਲੜਕੀ ਕਿੱਡੇ ਵੱਡੇ ਘਰ ਦੀ ਹੋਵੇ ਪਰ ਬੰਸ ਅੱਗੇ ਨਹੀਂ ਤੋਰ ਸਕਦੀ। ਲੜਕਾ ਜੇ ਗਰੀਬ ਘਰ ਦਾ ਵੀ ਹੋਵੇ ਜਾਂ ਇੱਦਾਂ ਵੀ ਹੋਵੇ, ਉਹਦੇ ਘਰ ਉਹ ਲੜਕੀ ਕੋਈ ਵੀ ਆ ਜਾਵੇ ਤੇ ਉਹ ਬੰਸ ਉਸ ਲੜਕੇ ਦੇ ਪਰਿਵਾਰ ਦਾ ਤੁਰਨਾ ਅੱਗੇ। ਠੀਕ ਹੈ ਜੀ, ਜਿਵੇਂ ਗੱਲ ਵੀ ਹੈ ਪੁੱਤੀ ਗੰਢ ਪਵੇ ਸੰਸਾਰ, ਪੁੱਤ ਹੋਵੇ ਤੇ ਸੰਸਾਰ ਨਾਲ ਅੱਗੇ ਗੰਢ ਪੈਂਦੀ ਆ, ਨਹੀਂ ਤੇ ਲੜਕੀ ਤੇ ਜੰਮ ਜਾਏ ਤਾਂ ਲੜਕੀ ਦੇ ਅੰਤ ਹੋਣ ਨਾਲ ਪਰਿਵਾਰ ਉਹ ਲੜਕੀ ਦਾ ਅੰਤ ਹੈਗਾ ਜੀ ਮੇਰੇ ਖਿਆਲ ਨਾਲ। ਇਸ ਕਰਕੇ ਪਹਿਲੋਂ ਇਹਨੂੰ ਪਹਿਲ ਦਿੱਤੀ ਜਾਂਦੀ ਸੀ ਵੀ ਲੜਕਾ ਜੰਮੇ ਤਦ ਲੋਹੜੀ ਮਨਾ ਲਓ, ਖੁਸ਼ੀ ਮਨਾ ਲਓ, ਵਿਆਹ ਹੋਵੇ ਤਦ ਮਨਾ ਲਓ, ਉਹਦੇ ਗਾਂਹ ਕੋਈ ਬੱਚਾ ਹੋ ਜਾਏ। ਮੁੰਡੇ ਦੀ ਮਨਾਈ ਜਾਂਦੀ ਸੀ, ਕੁੜੀਆਂ ਚਲੋ ਮਨਾਉਣੇ ਕੋਈ ਚੰਗੀ ਗੱਲ ਉਦੋਂ ਮਾੜੀ ਨਹੀਂ। ਤੇ ਇਸ ਕਰਕੇ ਮੇਰੇ ਹਿਸਾਬ ਨਾਲ ਤੇ ਇਹੀ ਆ, ਮਤਲਬ ਇਹੀ ਨਿਕਲਦਾ ਵੀ ਕਿ ਲੜਕੇ ਦਾ ਹੀ ਬਣ ਸਕੇ ਤੁਰਦਾ, ਲੜਕੀ ਦਾ ਨਹੀਂ ਤੁਰਦਾ। ਇਹਦਾ ਫਿਰ ਦੁੱਲੇ ਪੱਟੀ ਨਾਲ ਕੋਈ ਸੰਬੰਧ ਹੈ? ਦੁੱਲੇ ਪੱਟੀ ਦਾ ਉਦੋਂ ਹਾਲਤ ਇਹੋ ਜਿਹੇ ਸੀਗੇ ਵੀ ਉਹ ਕੁੜੀਆਂ ਦਾ ਕੋਈ ਜਿਹੜਾ ਸਮਾਂ ਸੀ ਮਾੜਾ ਸੀਗਾ, ਕੁੜੀਆਂ ਵਿਆਹ ਨਹੀਂ ਸੀ ਹੁੰਦੀਆਂ, ਉਹਨੇ ਵਿਆਹ ਤੀਆਂ ਤਾਂ ਉਹਦੇ ਨਾਂ ਦੀ ਉਹ ਬਣ ਗਈ ਲੋਹੜੀ, ਤੋਂ ਹੁਣ ਵਿਆਹ ਦਿੱਤੀਆਂ ਪਰ ਉਹ ਜਿਹੜੇ ਖੁਸ਼ੀਆਂ ਤਾਂ ਮੁੰਡੇ ਦੇ ਘਰ ਹੀ ਹੋਈਆਂ ਜਿੱਥੇ ਕੁੜੀਆਂ ਵਿਆਹੀਆਂ। ਲੌਜਿਕ ਕੋਈ ਹੋਰ ਹੋਏਗਾ ਜਿਹੜੀ ਅਸੀਂ ਪੰਜਾਬ ਦੇ ਨਾ ਮੰਨਦੇ? ਬਹੁਤ ਹੋ ਸਕਦੇ, ਬਹੁਤ ਬਹੁਤ ਸਿਆਣੇ ਸਿਆਣੇ ਬੈਠੇ ਆ, ਮੈਂ ਤਾਂ ਉਹਦਾ ਮਨ ਚ ਸੋਚ ਰਿਹਾ ਸੀਗਾ ਵੀ ਅਸਲ ਮਤਲਬ ਜਿਹੜਾ ਨਾ ਬਿਲਕੁਲ ਦਰੁਸਤ ਹੈ। ਅਗਰ ਇਹ ਸਵਾਲ ਅਸਲ ਮਤਲਬ ਮੇਰਾ ਇਹ ਆ ਕਿ ਅਸਲ ਮਤਲਬ ਮੇਰਾ ਤੇ ਇਹੀ ਆ, ਬਾਕੀ ਤਾਂ ਬਹੁਤ ਕੁਛ ਲੋਹੜੀ ਕਦੋਂ ਬਣੀ ਕਿੱਦਾਂ ਆਪਾਂ ਬਹੁਤਾ ਨਹੀਂ ਤੇ ਜਾਂਦੇ ਵੀ ਅਸਲ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਸੀਗੀ ਹੈ, ਤੇ ਕਿਉਂਕਿ ਮੁੰਡੇ ਦਾ ਬੰਸ ਅੱਗੇ ਤੁਰਨਾ ਆ ਜਦੋਂ ਮੁੰਡੇ ਨੇ ਘਰ ਜਨਮ ਲੈਣਾ ਕਿਸੇ ਘਰ ਚ ਵੀ, ਤੁਹਾਡੇ ਘਰ ਭਾਵੇਂ ਜਿੰਨੀ ਮਰਜ਼ੀ ਸਿਆਣੀ ਪੜ੍ਹੀ ਲਿਖੇ ਹੋਣ, ਹਰ ਲੜਕੀ ਜੰਮ ਪਵੇ ਤੁਹਾਡਾ ਬੰਸ ਅੱਗੇ ਨਹੀਂ ਤੋਰ ਸਕਦੀ, ਉਹ ਦੂਜੇ ਬੰਸ ਤੋਰ। ਥੋੜਾ ਜਿਹਾ ਸਮਾਂ ਚੇਂਜ ਹੋ ਗਿਆ, ਪਰ ਗਿਆਨ ਸਿੰਘ ਜੀ ਜੇ ਤਾਂ ਗੱਲ ਕਰੀਏ ਵੀ ਸਵਾਲ ਇਹ ਕਿ ਮੁੰਡੇ ਦੀ ਲੋਹੜੀ ਕਿਉਂ ਮਨਾਉਂਦੇ, ਤੁਹਾਡਾ ਜਵਾਬ ਬਿਲਕੁਲ ਸਹੀ ਹੈ,
ਪਰ ਇਹਦਾ ਲੈਣ ਦੇਣ ਦੁੱਲਾ ਭੱਟੀ ਨਾਲ ਜਾਂ ਕਿਸੇ ਹੋਰ ਨਾਲ ਮੁੰਡੇ ਦੀ ਲੋਹੜੀ ਮਨਾਉਣ ਦਾ ਮੈਨੂੰ ਲੱਗਦਾ ਨਹੀਂ ਕੋਈ ਨਾ ਕੋਈ ਹੋਰ ਕੋਈ ਨਾ ਕਹਾਣੀ ਹੋਏਗੀ ਜ਼ਰੂਰ। ਨਹੀਂ ਤੁਹਾਨੂੰ ਕਹਾਣੀਆਂ ਤਾਂ ਮੈਂ ਨਹੀਂ, ਮੈਂ ਕਹਾਣੀ ਮਗਰ ਨਹੀਂ ਜਾਂਦਾ, ਮੈਨੂੰ ਨਹੀਂ ਬਹੁਤਾ ਇਹਦੇ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਕਿਉਂ, ਪਰ ਮੈਂ ਜੋ ਮਨਾਈ ਜਾਂਦੀ ਹੈ ਮੈਂ ਤਾਂ ਉਹਦਾ ਤੱਤ ਕੱਢਿਆ ਜੋ ਮੈਂ ਦੇਖਿਆ ਜ਼ਿੰਦਗੀ 'ਚ। ਬਿਲਕੁਲ ਮੈਂ ਤਾਂ ਆਪਣੀ ਗੱਲ ਉਹ ਕੀਤੀ ਹੈ ਵੀ ਮੇਰਾ ਖਿਆਲ ਦੇ ਹਿਸਾਬ ਨਾਲ ਵੀ ਇਸੇ ਕਰਕੇ ਹੀ ਲੋਹੜੀ ਮੁੰਡੇ ਦਾ ਵਿਆਹ ਹੋਵੇ, ਮੁੰਡੇ ਦੇ ਗਾਂਹ ਮੁੰਡਾ ਹੋ ਜਾਏ, ਹਨਾ, ਤੇ ਬਣਸ ਤੁਰ ਪਿਆ ਅੱਗੇ ਨਾਲ ਗੱਲ ਹੋ ਵੀ ਹੈਗੀ, ਪੁੱਤੀ ਗੰਢ ਪਵੇ ਸੰਸਾਰ, ਉਹ ਤਾਂ ਪੁੱਤ ਜੰਮੇ ਤੇ ਗੰਢ ਪੈਂਦੀ ਸੰਸਾਰ ਨਾਲ, ਨਹੀਂ ਤੇ ਨਹੀਂ ਪੈਂਦੀ ਲੜਕੀਆਂ ਜਿਹੜੀ। ਹਾਂਜੀ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਰਦਾਰ ਗੁਰਮੇਲ ਸਿੰਘ ਧੀਰ ਸਾਹਿਬ। ਹੈਲੋ ਹੈਲੋ, 647 ਏਰੀਆ ਕੋਡ ਧੀਰ ਸਾਹਿਬ ਦਾ ਆਉਂਦਾ ਹੁੰਦਾ ਕੈਨੇਡਾ ਤੋਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਚੇਂਜ ਹੋ ਗਿਆ ਨਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਜੱਗੀ ਜੀ, ਕੀ ਹਾਲ ਆ? ਕਿਰਪਾ ਕਿਰਪਾ ਜੀ ਕਿਰਪਾ। ਹਾਂਜੀ ਬਾਕੀ ਬਹੁਤ ਸੋਹਣਿਆ, ਲੋਹੜੀ ਦਾ ਤਿਉਹਾਰ ਤੇ ਆਪਣੇ ਮਾਘੀ ਦਾ ਤਿਉਹਾਰ ਦੇ ਬਹੁਤ ਬਹੁਤ ਵਧਾਈਆਂ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ। ਦੇਖੋ ਬਾਕੀ ਹੁਣ ਇਹਦਾ ਪਤਾ ਹੀ ਆ, ਮਾਘੀ ਦਾ ਤਿਉਹਾਰ ਤਾਂ ਹੁਣ ਆਮ ਲੋਕ ਪਤਾ ਹੈ ਨਾ। ਹਾਂਜੀ ਬਾਕੀ ਜਿਹੜਾ ਹੁਣ ਲੋਹੜੀ ਆ, ਲੋਹੜੀ ਦਾ ਤਾਂ ਕਈ ਇਤਿਹਾਸਕਾਰ ਹੈਗੇ ਦੱਸਦੇ ਆ, ਕੁਛ ਦੱਸਦੇ ਆ। ਬਾਕੀ ਹੁਣ ਜਿਹੜੇ ਕਹਿੰਦੇ ਸੀ ਨਾ ਵੀ ਲੜਕਾ ਹੋਵੇ ਤਾਂ ਠੀਕ ਆ, ਲੜਕੀ ਹੋਵੇ ਤਾਂ ਉਹਦਾ ਜਿਹੜਾ ਸਾਰੀ ਜਾਇਦਾਦ ਆ ਉਹ ਲੋਕ ਗੁਆਂਢੀ ਲੈ ਜਾਂਦੇ ਆ, ਘਰ ਤੇ ਲੈ ਜਾਂਦੇ ਆ। ਹਾਂ ਨਹੀਂ ਉਸ ਪਹਿਲੇ ਸਮੇਂ ਦੀ ਗੱਲ ਸੀ, ਅੱਜ ਕੱਲ ਕਿੱਥੇ ਕੁੜੀਆਂ ਦੀਆਂ। ਹੁਣ ਤਾਂ ਮਦਰ ਬਹੁਤ ਆ, ਮੈਂ ਤੁਹਾਨੂੰ ਆਪਣੀ ਮਿਸਾਲ ਦਿੰਨਾ, ਮੇਰੇ ਪੋਤੀ ਹੋਈ ਆ, ਇੰਨੀ ਲੋਹੜੀ ਪਾਈ ਆ ਉਹਦੀ, 3 ਸਾਲ ਦੀ ਹੋ ਗਈ ਆ ਹੁਣ, ਇੰਨੀ ਚੁਸਤ ਆ ਪੇ ਉਹਦੇ, ਦੱਸੋ ਪੇ ਉਹ ਦਿਮਾਗ ਇੰਨਾ ਆ। ਬਾਕੀ ਇਹ ਆ ਵੀ ਹੁਣ ਪਤਾ ਨੀ ਹੈਗਾ ਜਿਹੜਾ ਪੋਤਾ ਵੀ ਹੁੰਦਾ ਜਾਂ ਮੁੰਡਾ ਹੋਵੇ ਤਾਂ ਆਪਣੇ ਮਾਂ ਪਿਓ ਦਾ ਕੀ ਕਰਦਾ, ਕੋਈ ਹੋਊਗਾ ਚੰਗਾ? ਨਹੀਂ ਤਾਂ ਜਿਹੜੇ ਕੁੜੀਆਂ ਆ ਨਾ ਉਹ ਮਾਂ ਪਿਓ ਨੂੰ ਤਾਂ ਏਦਾਂ ਚੱਕਦੀਆਂ ਨਾ। ਅੱਜ ਕੱਲ ਇਹ ਚੀਜ਼ ਬਦਲ ਗਈ ਹੈ ਬਹੁਤ, ਅੱਜ ਕੱਲ ਕੁੜੀਆਂ ਬਹੁਤ ਬਹੁਤ ਜੀ, ਇਹ ਤਾਂ ਲੋਕ ਕੁੜੀਆਂ ਨੇ ਤਾਰ ਦਿੱਤੇ ਬਹੁਤ ਫੈਮਿਲੀਆਂ। ਬਿਲਕੁਲ ਜੀ ਬਿਲਕੁਲ। ਹਾਂ ਤਾਂ ਹੁਣ ਕੈਨੇਡਾ ਜਿਹੜੇ ਆਏ ਸੀ ਕੁੜੀਆਂ ਆ ਗਈਆਂ, ਹੁਣ ਸਾਰਾ ਪਰਿਵਾਰ ਬਣਾ ਆਪਣਾ ਮੰਗਾ ਲਿਆ ਉੱਥੇ। ਬਿਲਕੁਲ ਇਹ ਗੱਲ ਦਰੁਸਤ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ। ਓਕੇ ਜੀ, ਧੰਨਵਾਦ ਜੀ। ਲਓ ਜੀ, ਕਾਲਾਂ ਦਾ ਸਿਲਸਿਲਾ ਕਾਫੀ ਚੱਲ ਰਿਹਾ ਜੀ, ਤੁਹਾਡੀਆਂ ਕਾਲਾਂ ਕਾਫੀ ਆ ਰਹੀਆਂ ਨੇ ਗੱਲਬਾਤ ਕਰਨ ਵਾਸਤੇ। ਸੋ ਮੈਂ ਚਾਹਾਂਗਾ ਕੋਈ ਜਾਣਕਾਰੀ, ਇਤਿਹਾਸਕ ਜਾਣਕਾਰੀ ਜ਼ਰੂਰ ਸਾਡੇ ਦਰਸ਼ਕ ਅਗਰ ਦੇ ਸਕਣ ਤਾਂ ਜ਼ਰੂਰ ਦੇਣ। ਬੇਸ਼ੱਕ ਆਪਾਂ ਕਹਿ ਦਿੰਦੇ ਕਿ ਪਤਾ ਹੀ ਹੈ, ਮਾਘੀ ਦਾ ਵੀ ਪਤਾ ਹੈ, ਲੋਹੜੀ ਦਾ ਵੀ ਪਤਾ, ਪਰ ਮੈਨੂੰ ਕਿ ਟੈਕਨੀਕਲ ਪੁਆਇੰਟ ਕੋਈ ਨਾ ਕੋਈ ਜ਼ਰੂਰ ਹੋਏਗਾ ਵੀ ਜਿਹੜੀ ਅਸੀਂ ਦੁੱਲੇ ਭੱਟੀ ਨਾਲ ਲੋਹੜੀ ਨੂੰ ਜੋੜਦੇ ਹਾਂ, ਵੀ ਸਾਡੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਸ਼ਾਇਦ ਲੋਹੜੀ ਉਹਦੇ ਨਾਲ ਕੋਈ ਹੋਰ ਕਾਰਨ ਵੀ ਹੋਏਗਾ ਲੋਹੜੀ ਮਨਾਉਣ ਦਾ, ਜਾਂ ਬੱਚੇ ਦੀ ਲੋਹੜੀ ਮਨਾਉਣ ਦਾ, ਜਾਂ ਫਿਰ ਵਿਆਹ ਦੀ ਲੋਹੜੀ ਮਨਾਉਣ ਦਾ ਕੋਈ ਨਾ ਕੋਈ ਹੋਰ ਕਾਰਨ ਵੀ ਹੋਏਗਾ। ਕੀ ਕਾਰਨ ਨੇ ਕੀ ਤੁਸੀਂ ਦੱਸਦੇ ਹੋ ਇਹ ਜਾਣਾਂਗੇ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਕਰਦੇ ਹਾਂ ਗੱਲਾਂ ਪਤਾ ਤੁਹਾਡੇ ਨਾਲ, ਜਾਣਦੇ ਹਾਂ ਤੁਹਾਡੇ ਵਿਚਾਰ ਲੋਹੜੀ ਬਾਰੇ ਜਾਂ ਮਾਘੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੋਈ ਚੰਗੀ ਮਾੜੀ ਲੋਹੜੀ ਦੀ ਯਾਦ ਤਾਜ਼ਾ ਕਰਨੀ ਚਾਹੁੰਦੇ ਹੋ, ਕੋਈ ਮਿੱਠੀ, ਕੋਈ ਹੋਰ ਕਿਤੇ ਘਰ 'ਚੋਂ ਗਾਲਾਂ ਗੂਲਾਂ ਪਈਆਂ ਹੋਣ ਤਾਂ ਉਹ ਵੀ ਸਾਂਝੀ ਕਰ ਸਕਦੇ ਹਾਂ। ਲੈਂਦੇ ਤੁਹਾਡੀਆਂ ਕਾਲਾਂ, ਜਾਣਦੇ ਤੁਹਾਡੇ ਵਿਚਾਰ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਧੀਰ ਸਾਹਿਬ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤੁਸੀਂ ਮੇਰਾ ਅਨਾਊਂਸ ਕੀਤਾ, ਇਧਰੋਂ ਮਿਊਜ਼ਿਕ ਦੀ ਆਵਾਜ਼ ਆ ਰਹੀ ਸੀ ਤੇ ਮੈਂ ਵੀ ਹੈਲੋ ਹੈਲੋ ਕਰਦਾ ਰਿਹਾ, ਲਾਈਨ ਨਹੀਂ ਥਰੂ ਹੋਈ, ਕਨਫਿਊਜ਼ ਹੋ ਗਏ ਉਹ ਅਸਲ 'ਚ। ਹਾਂ ਚਲੋ ਕੋਈ ਨਹੀਂ ਜੀ, ਆਪਾਂ ਹੁਣ ਗੱਲਬਾਤ। ਹਾਂਜੀ ਜੀ, ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਦੀ ਗੱਲ ਕਰੂੰਗਾ। ਜ਼ਰੂਰ ਜੀ। ਇਹ ਦੇਖੋ 4 ਅਪ੍ਰੈਲ 1704 ਦੇ ਵਿੱਚ ਇਹ ਸੂਬਾ ਸਰਹੰਦ ਬਾਈਧਾਰ ਦੇ ਹਿੰਦੂ ਪਹਾੜੀ ਰਾਜੇ, ਸੂਬਾ ਕਸ਼ਮੀਰ, ਸੂਬਾ ਮੁਲਤਾਨ, ਸੂਬਾ ਲਾਹੌਰ, ਸੂਬਾ ਦਿੱਲੀ, ਦੇਖੋ ਕਿੰਨੀਆਂ ਫੌਜਾਂ ਚੜ੍ਹ ਕੇ, 10 ਲੱਖ ਫੌਜਾਂ ਚੜ੍ਹ ਕੇ ਅਨੰਦਪੁਰ ਸਾਹਿਬ ਆ ਗਈਆਂ। 8 ਮਹੀਨੇ ਘੇਰਾ ਪਿਆ ਰਿਹਾ ਤੇ ਅੰਦਰ ਸਾਰਾ ਕੁਛ ਖਾਣ ਪੀਣ ਨੂੰ ਮੁੱਕ ਗਿਆ ਤੇ ਬਹੁਤ ਤੰਗੀ ਹੋਈ ਤੇ ਉੱਥੇ ਫਿਰ 40 ਮੁੱਕ ਤੇ ਵੈਸੇ ਇਹਨਾਂ ਨੇ ਗੁਰੂ ਸਿੱਖਾਂ ਨੇ 100 ਸਿੱਖਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਣਾ, ਪਰ ਬਾਕੀ ਤਾਂ ਨਹੀਂ ਗਏ, 40 ਚਲੇ ਗਏ ਛੱਡ ਕੇ, 40 ਜਿਹਨਾਂ ਨੂੰ ਆਪਾਂ ਮੁਕਤੇ ਕਹਿੰਦੇ ਹਾਂ, ਇਹ ਸਾਰੇ ਮਾਝੇ ਦੇ ਸੀ। ਜਦੋਂ ਫਿਰ ਉੱਥੇ ਗਏ ਤੇ ਉੱਥੇ ਫਿਰ ਔਰਤਾਂ ਨੇ
ਜੋ ਫਿਟਲਾਂ ਦੇ ਦਿੱਤੀ ਆ ਸਾਰਾ ਕੁਛ ਆਪਾਂ ਨੂੰ ਪਤਾ ਮਾਈ ਭਾਗੋ ਦੀ ਕਮਾਂਡ ਦੇ ਵਿੱਚ ਫੇਰੇ ਜਥੇਦਾਰ ਮਾਨ ਸਿੰਘ ਫਿਰ ਉੱਥੇ ਜਾ ਕੇ ਹਦਵਾਣੇ ਦੀ ਢਾਬ ਦੇ ਉੱਤੇ ਜਾ ਕੇ ਜੰਗ ਲੜੀ ਤੇ ਜਦੋਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਵੀ ਇਹ ਕਿਹੜੇ ਸ਼ਹੀਦ ਸੀ ਜਿਹੜੇ ਆਏ ਨੇ ਸਿੰਘ ਕੌਣ ਸੀਗੇ ਤਾਂ ਜਥੇਦਾਰ ਮਾਨ ਸਿੰਘ ਨੂੰ ਉਹਨਾਂ ਨੂੰ ਦੇਖਿਆ ਆਪਣੇ ਪੱਟ ਦੇ ਉੱਤੇ ਸਿਰ ਲਾ ਕੇ ਕਹਿਣ ਲੱਗੇ ਜਥੇਦਾਰ ਮਾਨ ਸਿੰਘ ਮੰਗ ਤੂੰ ਜੋ ਕੁਛ ਤੂੰ ਮੰਗਦਾ ਤਾਂ ਉਹਨਾਂ ਨੇ ਕਿਹਾ ਜੀ ਜਿਹੜਾ ਮੈਂ ਬੇਦਾਵਾ ਲੈ ਕੇ ਭੇਜਿਆ ਸੀ ਉਹ ਤੁਸੀਂ ਪਾੜ ਦਵੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਰ ਕੱਸੇ ਦੇ ਵਿੱਚੋਂ ਬੇਦਾਵਾ ਕੱਢਿਆ ਤੇ ਪਾੜਤਾ ਮੈਂ ਸੋਚਦਾ ਉਹਨਾਂ ਵੀ ਜੇ ਅੱਜ ਦੇ ਜਥੇਦਾਰ ਹੁੰਦੇ ਉਹ ਤਾਂ ਕਹਿੰਦੇ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇ ਵੈਸੇ ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਮਹਾਂ ਸਿੰਘ ਜੀ ਨੂੰ ਕਹਿੰਦੇ ਕਿਹਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਹਾਂ ਸਿੰਘ ਜੀ ਤੁਸੀਂ ਮਾਝੇ ਦੀ ਸਿੱਖੀ ਬਚਾ ਲਈ ਹਾਂਜੀ ਤੇ ਉਹ ਫਿਰ ਦੇਖ ਲਓ ਫਿਰ ਉੱਥੇ ਸ਼ਹੀਦੀਆਂ ਪਾ ਗਏ ਤੇ ਮਾਈ ਭਾਗੋ ਤਾਂ ਨਾਲੇ ਰਹੀ ਸੀ ਜੀ ਤੇ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ ਮੈਨੂੰ ਮੈਨੂੰ ਤੁਹਾਡੀ ਬਿਲਕੁਲ ਸਹੀ ਆ ਰਹੀ ਤੁਸੀਂ ਕਰੋ ਗੱਲ ਦਰਸ਼ਕਾਂ ਨੂੰ ਸਹੀ ਆ ਰਹੀ ਹੈ ਤੁਸੀਂ ਕਰੋ ਗੱਲ ਉਸ ਤੋਂ ਬਾਅਦ ਮੈਂ ਹੁਣ ਲੋਹੜੀ ਦੀ ਗੱਲ ਕਰਨ ਲੱਗਿਆ ਪਹਿਲਾਂ ਤਾਂ 40 ਮੁਕਤਿਆਂ ਨੂੰ ਮੈਂ ਸ਼ਰਧਾਂਜਲੀ ਅਰਪਣ ਕਰਦਾ ਤੇ ਲੋਹੜੀ ਦੇ ਤਿਉਹਾਰ ਜਿਹੜਾ ਤੁਸੀਂ ਗਾਣਾ ਲਾਇਆ ਸੀ ਪਹਿਲਾਂ ਇਹ ਲੋਹੜੀ ਦਾ ਪਹਿਲਾ ਗਾਣਾ ਇਹ ਰਾਜ ਘੁੰਮਣ ਦਾ ਗਾਇਆ ਹੋਇਆ ਸਾਡੇ ਇੱਥੇ ਹੀ ਰਹਿੰਦੀ ਆ ਬ੍ਰਹਮਟਨ ਦੇ ਵਿੱਚ ਹਾਂਜੀ ਤੇ ਮੇਰੇ ਦੋਸਤ ਦੀ ਵਾਈਫ ਆ ਤੇ ਉਹ ਫੁਲਕਾਰੀ ਪ੍ਰੋਗਰਾਮ ਵੀ ਦਿੰਦੀ ਆ ਪੰਜਾਬੀ ਦੇ ਵਿੱਚ ਤੇ ਬੜੀ ਅੱਛੀ ਗਾਇਕ ਆ ਤੇ ਲੋਹੜੀ ਦੇ ਵਿੱਚ ਦੇਖੋ ਇਹ ਜਿਹੜਾ ਦੁੱਲਾ ਭੱਟੀ ਸੀ ਉਸ ਤੋਂ ਪਹਿਲਾਂ ਵੀ ਲੋਹੜੀ ਮਨਾਈ ਜਾਂਦੀ ਆ ਪਰ ਇਹਦਾ ਕੁਛ ਪਤਾ ਨੀ ਲੱਗਦਾ ਤਿਉਹਾਰ ਕਿਸ ਤਰ੍ਹਾਂ ਬਣਿਆ ਉਹ ਪਹਿਲਾਂ ਤਾਂ ਸ਼ੁਰੂ ਹੋਈ ਸੀ ਪਰ ਦੁੱਲੇ ਭੱਟੀ ਜਿਹੜਾ ਸੀ ਇਹ ਇੱਕ ਵਾਰੀ ਅਕਬਰ ਬਾਦਸ਼ਾਹ ਆਪਣੀਆਂ ਫੌਜਾਂ ਲੈ ਕੇ ਇਹਦੇ ਇਹ ਰਾਵਲ ਪਿੰਡੀ ਦਾ ਭੱਟੀਆਂ ਦਾ ਸਰਦਾਰ ਸੀ ਇਹ ਹਾਂਜੀ ਤੇ ਉਹ ਫਿਰ ਉਹ ਇਹਦੇ ਖੇਤ ਦੇ ਵਿੱਚ ਹੀ ਅਕਬਰ ਬਾਦਸ਼ਾਹ ਲਿਖਿਆ ਇਹਦਾ ਖੇਤ ਵੀ ਉਜਾੜਤਾ ਤੇ ਨਾਲ ਇਹਨਾਂ ਦੇ ਫਾਦਰ ਨੂੰ ਤੇ ਇਹਦੇ ਦਾਦੇ ਨੂੰ ਕਹਿਣ ਲੱਗਿਆ ਇਹਦੇ ਫਾਦਰ ਨਾਲ ਫਾਰੂਕ ਸੀ ਤੇ ਦਾਦਿਆਂ ਨਾਲ ਮੇਰੇ ਖਿਆਲ ਸ਼ਾਇਦ ਅਲੀ ਬਖਸ਼ ਤੇ ਉਹਨਾਂ ਨੂੰ ਕਹਿਣ ਲੱਗਾ ਵੀ ਮਾਮਲਾ ਦਵੋ ਕਹਿੰਦੇ ਇਸ ਨੂੰ ਮਾਮਲਾ ਹੀ ਦੇਣਾ ਤੇ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਰਸਤੇ ਦੇ ਵਿੱਚ ਦਰਖਤ ਦੇ ਨਾਲ ਪੁੱਠੀਆਂ ਡੰਨ ਪਿਆ ਸੀ ਤੇ ਉਸ ਤੋਂ ਬਾਅਦ ਫਿਰ ਦੁੱਲਾ ਭੱਟੀ ਬਹੁਤ ਇਹਨਾਂ ਦਾ ਬਾਗੀ ਹੋ ਗਿਆ ਤੇ ਫਿਰ ਉਹ ਮੁਗਲਾਣੀ ਬੇਗਮ ਬੇਗਮਾਂ ਨੂੰ ਵੀ ਲੁੱਟਦਾ ਰਿਹਾ ਡੋਲੇ ਲੁੱਟਦਾ ਰਿਹਾ ਅਮੀਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਦੀਆਂ ਧੀਆਂ ਵਿਆਹੁੰਦਾ ਸੀ ਤੇ ਇਹ ਸੁੰਦਰ ਮੁੰਦਰੀ ਇਹ ਪੰਡਿਤ ਦੀਆਂ ਦੋ ਕੁੜੀਆਂ ਸੀ ਇਹ ਜਿਹਨਾਂ ਦੇ ਵਿਆਹ ਕੀਤੇ ਸੀ ਹੁਣ ਤੁਸੀਂ ਦੇਖੋ ਉਹਨੇ ਤਾਂ ਉਹ ਕੁੜੀਆਂ ਦੇ ਵਿਆਹ ਕਰਦਾ ਸੀ ਪਰ ਅਸੀਂ ਦੇਖ ਲਓ ਉਹਦੇ ਉਲਟ ਮੁੰਡਿਆਂ ਦੀ ਲੋਹੜੀ ਮਨਾਉਂਦੇ ਲੱਗਦਾ ਨਾ ਜੀ ਤਾਂ ਹੀ ਲੱਗਦਾ ਵੀ ਇਹਦੇ ਨਾਲ ਰਿਲੇਟਡ ਹੋ ਸਕਦਾ ਪਰ ਕੁਛ ਵੱਖਰਾ ਵੀ ਜ਼ਰੂਰ ਹੋਏਗਾ ਇਹਦੇ ਪਿੱਛੇ ਫਿਰ ਬੜੀ ਮਿਹਰਬਾਨੀ ਧੀਰ ਸਾਹਿਬ ਤੁਹਾਡੀ ਬਹੁਤ ਵਧੀਆ ਹਾਂਜੀ ਓਕੇ ਥੈਂਕ ਯੂ ਜੀ ਬਹੁਤ ਵਧੀਆ ਜਾਣਕਾਰੀ ਹਾਸਲ ਕੀਤੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਜੀ ਹਾਂਜੀ ਤੁਹਾਡਾ ਏਰੀਆ ਕੋਡ ਬੜਾ ਖਤਰਨਾਕ ਹੈ 302 ਹਾਂਜੀ ਹਾਂਜੀ 302 ਹਾਂਜੀ 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 ਕੀ ਕਹਿਣਾ ਚਾਹੁੰਦੇ ਜੀ ਹਾਂ ਲੋਹੜੀ ਦੀ ਤਾਂ ਪਹਿਲਾਂ ਲੋਹੜੀ ਜਿੱਦਾਂ ਬਣਾਉਂਦੇ ਤਾਂ ਮੁੰਡਿਆਂ ਦੀ ਸੀਗੀ ਤੇ ਉਹ ਏਦਾਂ ਹੁੰਦਾ ਸੀ ਨਾ ਜਿੱਦਾਂ ਆਪਣੇ ਬਜ਼ੁਰਗ ਲਾਲਾ ਫੜ ਜਾ ਕੁਛ ਵੀ ਜਾ ਉਹ ਜਿਹੜਾ ਲੋਹੜੀ ਤੇ ਹਮੇਸ਼ਾ ਭੈਣਾਂ ਨੂੰ ਯਾਦ ਕਰਦੇ ਹੁੰਦੇ ਸੀ ਅੱਛਾ ਜੀ ਤੇ ਉਹਨਾਂ ਲਈ ਵੀ ਹਥਿਆਰ ਵਗੈਰਾ ਜੇ ਉਹ ਸਾਰਾ ਕੁਛ ਕਰਦੇ ਵੀ ਹੁੰਦੇ ਸੀ ਲੋਹੜੀ ਹਾਂ ਪਾਉਂਦੇ ਨੇ ਲੋਹੜੀ ਕੁੜੀਆਂ ਨੂੰ ਲੋਹੜੀ ਦੇ ਕੇ ਆਉਂਦੇ ਨੇ ਜੀ ਬਿਸਕੁਟ ਹੁੰਦੇ ਆ ਜਿਹੜੇ ਸੂਟ ਸਾਟ ਹੁੰਦੇ ਕਈ ਕੁਝ ਹੁੰਦੀ ਹਾਂਜੀ ਉਹਦੇ ਵਿੱਚ ਇਹ ਵੀ ਹੁੰਦਾ ਸੀਗਾ ਬਾਅਦ ਚ ਜਿਹਨਾਂ ਨੂੰ ਜ਼ਮੀਨ ਦਾ ਹੁੰਦਾ ਸੀ ਫੰਡ ਜਾਂ ਕੁਛ ਵੀ ਤੇ ਫਿਰ ਕੁੜੀਆਂ ਕਹਿੰਦੀਆਂ ਵੀ ਸਾਨੂੰ ਨੀ ਕੁਛ ਚਾਹੀਦਾ ਸਾਨੂੰ ਇਹ ਚਾਹੀਦੀ ਬਸ ਤਾਂ ਮਿਲਦੇ ਉੱਤੇ ਮਿਲਦੇ ਰਹਿਣ ਚਲੋ ਜੀ ਕੁੱਲ ਮਿਲਾ ਕੇ ਇੱਕ ਵਧੀਆ ਤਿਉਹਾਰ ਮੈਂ ਕਹਿੰਦਾ ਇਹਦਾ ਬੈਕਗਰਾਊਂਡ ਕੀ ਹੈ ਕੀ ਨਹੀਂ ਹੈ ਉਹਨੂੰ ਜੇ ਛੱਡ ਵੀ ਦਈਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਤਿਉਹਾਰ ਐਸਾ ਹੋਊਗਾ ਜਿੱਥੇ ਸਾਰੇ ਨਿਆਣੇ ਵੀ ਬੈਠੇ ਨੇ ਬੁੜੀਆਂ ਵੀ ਬੈਠੀਆਂ ਕੁੜੀਆਂ ਵੀ ਬੈਠੀਆਂ ਮੁੰਡੇ ਵੀ ਬੈਠੇ ਬਜ਼ੁਰਗ ਵੀ ਬੈਠੇ ਸਾਰਾ ਪਰਿਵਾਰ ਸਾਰੇ ਵਿਹੜੇ ਦੇ ਜਾਂ ਕਹਿ ਲਓ ਰਿਸ਼ਤੇਦਾਰਾਂ ਦੇ ਕਹਿ ਲਓ ਸਾਰੇ ਇਕੱਠੇ ਬਾਕੀ ਮੇਰਾ ਨਹੀਂ ਖਿਆਲ ਹੋਰ ਕੋਈ ਇਸ ਤਰ੍ਹਾਂ ਤਿਉਹਾਰ ਹੋਊ ਜਿੱਥੇ ਸਾਰੇ ਇਕੱਠੇ ਬੈਠਦੇ ਹੋਣਗੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਤਿਉਹਾਰ ਆ ਜੀ ਇਸ ਪੱਖੋਂ ਤਾਂ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਹਾਂਜੀ ਹੈਲੋ 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 ਹਾਂਜੀ ਹਾਂਜੀ ਪਰਿਪਿੰਨਾ ਜੀ ਵੀ ਵਧਾਈਆਂ ਜੀ ਲੋਹੜੀ ਦੀਆਂ ਤੁਹਾਨੂੰ ਹਾਂਜੀ ਹਾਂਜੀ ਜੱਗੀ ਸਾਹਿਬ ਤੁਹਾਨੂੰ ਵੀ ਵਾਹੀਆਂ ਵਾਹੀਆਂ ਵਧਾਈਆਂ ਜਿਉਂਦਾ ਰਹਾ ਵੱਧਦਾ ਰਹਾ ਮੇਰੇ ਪੁੱਤ ਚੱਲਦੀਆਂ ਗੱਲਾਂ ਤੇਰਾ ਕਿ ਪਹਿਲਾਂ ਤਾਂ ਮੈਂ ਤੇਰੇ ਪੋਤੇ ਦੀਆਂ ਵਧਾਈਆਂ ਦੇਣੀਆਂ ਲੋਹੜੀ ਦੀਆਂ ਥੈਂਕ ਯੂ ਆਸ਼ੀਰਵਾਦ ਤੁਹਾਡਾ ਜੀ
ਹਾਂਜੀ ਤੇ ਹੁਣ ਮੈਂ ਤੈਨੂੰ ਦੱਸਦੀ ਹਾਂ ਕਿ ਵੀ ਜਿਹੜੀ ਲੋਹੜੀ ਹੈ ਹਨਾ, ਲੋਹੜੀ ਦੇ ਮਾਘੀ ਦਾ ਮੇਲਾ ਇਹ ਮਹੱਤਵਪੂਰਨ ਹੈ ਹਨਾ, ਤੇ ਸਾਰਾ ਟੱਬਰ ਇਕੱਠੇ ਬਹਿੰਦੇ ਸੀ ਤੇ ਸਾਡੇ ਮੇਰੀ ਕੁੜੀ ਵੀ ਆਈ ਉੱਥੇ ਤੇ ਆਪਣੀ ਮੁਕਤਸਰ ਤੇ ਉਹਦਾ ਅਸੀਂ ਕਹਿੰਦੇ ਹੁੰਦੇ ਸੀ, ਹੁਣ ਵੀ ਆਪਾਂ ਕਹਿੰਦੇ ਤਖਤਪੁਰੇ ਦਾ ਨਾਂ ਤੇ ਮੇਲਾ ਮੁਕਤਸਰ ਦਾ, ਤੇ ਤਖਤਪੁਰੇ ਮੇਰੀ ਭੈਣ ਹੈ ਤੇ ਹੁਣ ਮੈਂ ਆਪਦੇ ਪਿੰਡ ਫੋਨ ਕੀਤਾ ਸੀ ਵੀ ਭਾਈ ਕੌਣ ਕੌਣ ਗਏ ਆ, ਟਰਾਲੀਆਂ ਭਰ ਭਰ ਕੇ ਗਈਆਂ ਰਾਹ ਦੇ ਖੁੰਡ ਸਿੱਖ ਨੂੰ ਲਾ ਦਿੰਦੇ ਆ, ਤੇ ਹਜੇ ਵੀ ਲੋਹੜੀ ਦਾ ਤਿਉਹਾਰ ਆ, ਭਾਈ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਆਪਾਂ ਨੂੰ। ਬਹੁਤ ਮਿਹਰਬਾਨੀ। ਜਿਹੜਾ ਮੁਕਤਸਰ ਦਾ ਮੇਲਾ ਲੱਗਦਾ ਨਾ ਜੱਗੀ, ਉਹ ਬਹੁਤ ਮਹੱਤਵਪੂਰਨ ਆ, ਤੇ ਉਹ ਹੁਣ ਦੱਸਿਆ ਸਾਰੇ ਭਾਈ ਸਾਹਿਬ ਨੇ ਤੇ ਫਿਰ ਨਾ ਕਿੰਨੇ ਕਿੰਨੇ ਚਿਰ ਸੇਲਾਂ ਲੱਗੀਆਂ ਰਹਿੰਦੀਆਂ, ਉੱਥੋਂ ਜੋ ਕੱਪ ਲੈ ਲਓ, ਲੀੜੇ ਕੱਪੜੇ ਲੈ ਲਓ, ਜੋ ਲੈ ਲਓ, ਤੇ ਬਸ ਇਹੀ ਕਹੂੰਗੀ। ਲੋਹੜੀ ਦੀਆਂ ਨਾਲ ਦੀ ਨਾਲ ਜਿਹੜੀ ਅਸੀਂ ਮਾਘੀ ਦੀ ਵੀ ਗੱਲ ਕਰਦੇ, ਵੈਸੇ ਮਾਘੀ ਦੀ ਗੱਲ ਵੀ ਨਾਲ, ਮੈਂ ਚਾਹੁੰਦਾ ਸਾਡੇ ਦਰਸ਼ਕ ਹੋਰ ਕੋਈ ਜਾਣਕਾਰੀ ਇਤਿਹਾਸ ਦੀ ਹੈਗੀ ਹੈ ਤੁਹਾਡੇ ਜ਼ਹਿਨ ਦੇ ਵਿੱਚ, ਕਿਤੇ ਉਹ ਪੜ੍ਹੀ ਸੁਣੀ ਆ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਬੜਾ ਵਧੀਆ ਲੱਗਦਾ ਮੈਨੂੰ ਵੀ ਅਤੇ ਸਾਡੇ ਦਰਸ਼ਕਾਂ ਨੂੰ ਵੀ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਫਿਰ ਸ਼ੁਰੂ ਕਰਦੇ ਹਾਂ ਸਿਲਸਿਲਾ ਗੱਲਾਂ ਬਾਤਾਂ ਦਾ। ਲੋਹੜੀ ਦੀ ਅਗਰ ਗੱਲ ਕਰੀਏ ਜਾਂ ਮਾਘੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਪਹਿਲਾਂ ਮਾਹੌਲ ਵੱਖਰਾ ਹੁੰਦਾ ਸੀ, ਮੁਕਤਸਰ ਸਾਹਿਬ ਦੇ ਵਿੱਚ ਵੀ ਮਾਹੌਲ ਵੱਖਰਾ ਹੁੰਦਾ ਸੀਗਾ, ਅਤੇ ਤਕਰੀਬਨ ਉੱਥੇ ਸਿਆਸੀ ਸਟੇਜਾਂ ਜਿਹੜੀਆਂ ਬੜੇ ਲੰਬੇ ਸਮੇਂ ਤੋਂ ਲੱਗਦੀਆਂ ਆਉਂਦੀਆਂ, ਅਤੇ ਫਿਰ ਸਿਆਸੀ ਸਟੇਜਾਂ ਉੱਥੇ ਲੱਗ ਕੇ ਅਤੇ ਉੱਥੇ ਕੋਈ ਇਤਿਹਾਸ ਦੀ ਜਾਣਕਾਰੀ ਨਹੀਂ ਦਿੰਦੇ, ਕੋਈ ਹੋਰ ਚੰਗੀ ਮਾੜੀ ਗੱਲ ਨਹੀਂ, ਉਹਨੇ ਇੱਕ ਦੂਜੇ ਨੂੰ ਲੀਡਰਾਂ ਨੇ ਕਰਨਾ ਹੁੰਦਾ, ਕਿਸੇ ਨੂੰ ਉਹਨੂੰ ਤਾਨੇ ਮਾਰਤੇ, ਕਿਸੇ ਨੇ ਉਹਨੂੰ ਤਾਨੇ ਮਾਰਤੇ, ਉਹਨੇ ਉਹਨੂੰ ਕਹਿਤਾ, ਉਹਨੇ ਉਹਨੂੰ ਕਹਿਤਾ, ਇਹੋ ਜਿਹਾ ਮਾਹੌਲ ਹੁੰਦਾ ਸੀ। ਪਰ ਪਿੱਛੇ ਜੇ ਇੱਕ ਚੰਗਾ ਕੰਮ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਹੋਇਆ, ਸਾਡੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਿੱਟ ਵੱਲੋਂ, ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਇਆ ਸੀਗਾ ਕਿ ਸਿਆਸੀ ਸਟੇਜਾਂ ਜਿਹੜੀਆਂ ਉਹ ਨਹੀਂ ਲੱਗਣਗੀਆਂ, ਅਤੇ ਹੁਣ ਸਿਆਸੀ ਸਟੇਜਾਂ ਉੱਥੇ ਨਹੀਂ ਲੱਗਦੀਆਂ, ਪਰ ਉਹ ਬਾਹਰ ਅੰਦਰ ਉਰੇ ਪਰੇ ਜਾ ਕੇ ਸਟੇਜਾਂ ਲੱਗਦੀਆਂ ਨੇ, ਚਾਰ ਚੁਫੇਰੇ ਅਤੇ ਸਟੇਜਾਂ ਫਿਰ ਵੀ ਲੱਗਦੀਆਂ ਨੇ, ਸਾਰਾ ਕੁਛ ਹੁੰਦਾ। ਪਰ ਇਹ ਹੁਣ ਚੰਗਾ ਜਿਹੜਾ ਰੁਝਾਨ ਇਹ ਹੋਇਆ ਕਿ ਉੱਥੇ ਸ਼ਹੀਦੀ ਜੋੜ ਮੇਲੇ 'ਤੇ ਵੀ ਸਿਆਸੀ ਸਟੇਜ ਨਹੀਂ ਲੱਗਦੀ, ਅਤੇ ਅਸੀਂ ਅਗਰ ਗੱਲ ਕਰੀਏ ਮਾਘੀ ਦੇ ਮੇਲੇ 'ਤੇ ਵੀ ਸਿਆਸੀ ਸਟੇਜਾਂ ਹੁਣ ਨਹੀਂ ਲੱਗਦੀਆਂ। ਚਲੋ ਲੋਕਾਂ ਨੂੰ ਚੰਗਾ ਨਹੀਂ, ਤਾਂ ਉੱਥੇ ਫਿਰ ਕਰ ਕਰਕੇ ਕਈ ਵਾਰ ਤਾਂ ਪੁਲਿਸ ਵਾਲੀ ਜਿਹੜੀ ਸਰਕਾਰ ਹੁੰਦੀ ਹੈ ਉਹ ਮੱਥਾ ਟੇਕਣ ਵੀ ਨਹੀਂ ਜਾਣ ਦਿੰਦੇ ਲੋਕਾਂ ਨੂੰ, ਮੱਥਾ ਟੇਕਣ ਵੀ ਨਹੀਂ ਜਾਣਦੇ। ਚਲੋ ਪੰਡਾਲ, ਚਲੋ ਪੰਡਾਲ, ਚਲੋ ਪੰਡਾਲ 'ਚ ਪੁਲਿਸ ਵਾਲੇ ਧੱਕੇ ਨੂੰ ਲੈ ਕੇ ਜਾਂਦੇ ਆ, ਉਹ ਇੱਕ ਵੱਖਰਾ ਮਾਹੌਲ ਹੁੰਦਾ। ਚਲੋ ਉਸ ਮਾਹੌਲ ਤੋਂ ਬਚਾਅ ਹੋ ਗਿਆ। ਲੋਹੜੀ ਦੀ ਗੱਲ ਇੱਕ ਵਾਰੀ ਫਿਰ ਥੋੜ੍ਹੀ ਜਿਹੀ ਕਰੀਏ ਕਿ ਲੋਹੜੀ ਦਾ ਮਾਹੌਲ ਚਾਰ ਚੁਫੇਰੇ ਬਹੁਤ ਵਧੀਆ। ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਜਿੱਥੇ ਵੀ ਗੱਲ ਕੀਤੀ ਹੈ ਤਾਂ ਹਰ ਬੰਦਾ ਕਹਿੰਦਾ ਵੀ ਭਾਅ ਜੀ ਇੱਧਰ ਕਾਹਦੀ ਲੋਹੜੀ, ਇੱਧਰ ਅਗਰ ਲੋਹੜੀ ਹੈਗੀ ਹੈ ਤਾਂ ਪੈਲਸਾਂ ਦੇ ਵਿੱਚ ਕੋਈ ਰੱਖ ਕੇ, ਕੋਈ ਕਿਤੇ ਰੱਖ ਕੇ, ਕਿਤੇ ਰੱਖ ਕੇ, ਉੱਥੇ ਸਾਰੇ ਇਕੱਠੇ ਹੋ ਜਾਂਦੇ ਨੇ, ਥੋੜ੍ਹਾ ਜਿਹਾ ਸ਼ਗਨ ਕਰ ਲੈਂਦੇ ਨੇ। ਪਰ ਇਹ ਜਿਹੜਾ ਪੰਜਾਬ ਦੇ ਮਾਹੌਲ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਮਾਹੌਲ ਇੱਕ ਵੱਖਰਾ ਹੁੰਦਾ ਸੀਗਾ ਜਦੋਂ ਠੰਡ ਵੀ ਪੂਰੀ ਹੁੰਦੀ ਸੀ ਅਤੇ ਨਾਲ ਦੀ ਨਾਲ ਕਿਸੇ ਨੇ ਕੋਈ ਕੰਬਲ ਲਿਆ, ਲੋਈ ਲਈ ਆ, ਨਿਆਣੇ ਨਾਲ ਟਕੇ ਹੋਏ ਨੇ, ਅਤੇ ਹੁਣ ਤਾਂ ਸਟੋਲਰਾਂ ਦੇ ਵਿੱਚ ਨਿਆਣੇ ਨਾਲ ਬੈਠੇ ਹੁੰਦੇ, ਪਾਏ ਹੁੰਦੇ ਆ, ਨਿਆਣੇ ਆਪੋ ਆਪਣਾ ਲੱਗੇ ਹੁੰਦੇ ਬਾਕੀ, ਪਰ ਉਦੋਂ ਗੋਦੀ ਦੇ ਵਿੱਚ ਨਿਆਣੇ ਜਵਾਕ ਹੁੰਦੇ ਸੀਗੇ, ਨਾਲੇ ਫਿਰ ਲੋਹੜੀ ਇੰਜੋਏ ਕਰਦੇ ਸੀ, ਨਾਲੇ ਮੱਠੀ ਮੱਠੀ ਅੱਗ ਜਿਹੜੀ ਆ ਉਹ ਸੇਕਦੇ ਸੀਗੇ, ਅਤੇ ਜਦੋਂ ਫਿਰ ਥੋੜ੍ਹੀ ਜਿਹੀ ਅੱਗ ਵੱਧ ਜਾਂਦੀ ਸੀ ਉਦੋਂ ਥੋੜ੍ਹਾ ਥੋੜ੍ਹਾ ਪਿੱਛੇ ਕਰ ਲੈਂਦੇ ਹੁੰਦੇ ਸੀ, ਮੰਜੇ ਜਾਂ ਕੁਰਸੀਆਂ ਜਿਹੜੀਆਂ ਵੀ ਹੁੰਦੀਆਂ ਸੀ ਉਹਨੂੰ ਪਿੱਛੇ ਕਰਕੇ, ਅਤੇ ਫਿਰ ਮਾਹੌਲ ਜਿਹੜਾ ਉਹ ਦੇਖਦੇ ਹੁੰਦੇ ਸੀਗੇ। ਸੋ ਇਹ ਸਾਰਾ ਜਿਹੜੇ ਤਿਉਹਾਰ ਨੇ ਸਾਡੇ, ਇਹਨਾਂ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਰਿਹਾ ਹੋਏਗਾ ਅਤੇ ਹੈਗਾ ਵੀ ਆ, ਜੋ ਕਿ ਅੱਜ ਸਮੇਂ ਦੇ ਨਾਲ ਸਾਰਾ ਕੁਛ ਚੇਂਜ ਹੋ ਗਿਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਲੋਹੜੀ ਦਾ ਤਿਉਹਾਰ ਜਿਸ ਵੇਲੇ ਵੀ ਬਣਿਆ ਹੋਏਗਾ, ਜਿਸ ਵੇਲੇ ਵੀ ਇਹਦੀ ਸ਼ੁਰੂਆਤ ਹੋਈ ਹੋਏਗੀ, ਤਾਂ ਇਹੀ ਹੋਈ ਹੋਏਗੀ ਕਿ ਇੱਥੇ ਲੋਹੜੀ 'ਤੇ ਇੱਕ ਵਧੀਆ ਮਾਹੌਲ ਜਿਹੜਾ ਪਰਿਵਾਰ ਦੇ ਵਿੱਚ, ਘਰ ਦੇ ਵਿੱਚ ਬਣ ਜਾਂਦਾ। ਅਗਰ ਤੁਹਾਨੂੰ ਯਾਦ ਹੋਏਗਾ ਪਿੰਡਾਂ ਦੀ ਲੋਹੜੀ ਦੀ ਅਗਰ ਗੱਲ ਕਰੀਏ, ਜੇ ਕਿਸੇ ਦੇ ਘਰ ਲੋਹੜੀ ਹੈਗੀ ਹੈ ਤਾਂ ਉਹ ਵੀ ਇਕੱਠੇ ਬੈਠ ਕੇ ਇੱਕ ਸੈਂਟਰਲ ਪਲੇਸ ਦੇ ਵਿੱਚ ਆ ਕੇ ਸਾਰਾ ਪਿੰਡ ਉੱਥੇ ਤਕਰੀਬਨ ਇਕੱਠਾ ਹੋ ਕੇ, ਉਹ ਫਿਰ ਬਾਅਦ ਦੇ ਵਿੱਚ ਦੋ ਹੋ ਗਈਆਂ ਲੋਹੜੀਆਂ, ਅਤੇ ਫਿਰ ਹੁਣ ਤਾਂ ਘਰੋਂ ਘਰ ਲੋਹੜੀ ਹੋ ਗਈ, ਆਪੋ ਆਪਣੇ ਘਰ ਅਗਲੇ ਬਾਲ ਕੇ ਜਾਂ ਟੱਬਰ ਸੇਕ ਕੇ ਲੋਹੜੀ, ਚਲੋ ਸੌ ਜਾਓ। ਪਰ ਪਹਿਲਾ ਮਾਹੌਲ ਜਿਹੜਾ ਹੁੰਦਾ ਸੀ ਉਹਨੂੰ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ, ਇੱਕ ਬਿਲਕੁਲ ਵੱਖਰੀ ਤਰ੍ਹਾਂ ਦਾ ਮਾਹੌਲ ਜਿਨ੍ਹਾਂ ਦੇ ਘਰ ਲੋਹੜੀ ਹੈ ਉਹਦੇ ਵੱਲੋਂ ਰੇੜੀਆਂ ਵਗੈਰਾ ਲਿਆ ਕੇ ਸਾਰੀਆਂ ਰੱਖੀਆਂ ਜਾਂਦੀਆਂ ਸੀਗੀਆਂ। ਮੈਨੂੰ ਵੀ ਯਾਦ ਆ ਸਾਡੇ ਵੀ ਇੱਕ ਸਾਂਝੀ ਜਗ੍ਹਾ ਹੈਗੀ, ਉੱਥੇ ਲੋਹੜੀ ਲੱਗਦੀ ਹੁੰਦੀ ਸੀ, ਉੱਥੇ ਫਿਰ ਸਾਰੇ ਪਹੁੰਚਦੇ ਹੁੰਦੇ ਸੀ ਪਿੰਡਾਂ ਵਾਲੇ। ਸੋ ਇੱਕ ਵਾਰ ਫਿਰ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਨਾਲ ਦੀ ਨਾਲ ਗੱਲ ਕਰੀਏ ਤਾਂ ਮਾਘੀ ਦੇ ਮੇਲੇ ਦੀ, ਜਿਹੜੀ ਮਾਘੀ ਦਾ ਤਿਉਹਾਰ ਆ, ਉਹਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ।
ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਜਿਨ੍ਹਾਂ ਨੂੰ ਅਸੀਂ 40 ਮੁਕਤੇ ਕਹਿੰਦੇ ਹਾਂ, ਉਹਨਾਂ ਨੂੰ 5,000 10,000 ਦੇ ਖਿਤਾਬ ਵੀ ਦਿੱਤੇ ਨੇ, ਉਪਾਧੀਆਂ ਦਿੱਤੀਆਂ ਨੇ। ਅਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਵੀ ਮਾਝੇ ਦੀ ਸੰਗਤ ਦੀ ਤੁਸੀਂ ਮਾਝੇ ਦੀ ਸੰਗਤ ਬਚਾ ਲਈ, ਗੁਰੂ ਸਾਹਿਬ ਨੇ ਕਿਹਾ ਭਾਈ ਮਹਾਂ ਸਿੰਘ ਨੂੰ, ਤਾਂ ਉਦੋਂ ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਟੁੱਟੀ ਹੈਗੀ ਉਹ ਗੰਢੀ ਜਾਵੇ। ਟੁੱਟੀ ਗੰਢੀ ਉਦੋਂ ਟੁੱਟੀ ਗੰਢੀ ਜਿਹੜੀ ਹੈ ਉਦੋਂ ਹੋਈ ਸੀਗੀ ਜਦੋਂ ਉਹਨਾਂ ਨੇ ਵਿਦਾਵਾ ਪਾੜਿਆ ਸੀਗਾ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈਗਾ, ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62। ਕਿਤੇ ਵੀ ਸੰਪਰਕ ਕਰਕੇ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਫਿਰ ਸਾਡੇ ਕੋਲੋਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਫੋਨ ਕਰਕੇ ਜਾਂ ਈਮੇਲ ਕਰਕੇ ਸੰਪਰਕ ਕਰ ਸਕਦੇ ਹੋ। ਤੁਹਾਡੇ ਵਟਸਐਪ ਦੇ ਨੰਬਰ ਆਉਂਦੇ ਨੇ ਤਾਂ ਉਹਦੇ 'ਤੇ ਕਈ ਵਾਰੀ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਪੂਰੀ, ਕਈ ਵਾਰੀ ਜਵਾਬ ਰਹਿ ਵੀ ਜਾਂਦਾ। ਤੁਸੀਂ ਸਿੱਧਾ ਸੈੱਲ ਨੰਬਰ ਜਿਹੜਾ ਮੇਰਾ ਤੁਹਾਨੂੰ ਦਿੱਤਾ ਉਹਤੇ ਗੱਲ ਜਿਹੜੀ ਉਹ ਕਰ ਸਕਦੇ ਹੋ। ਸਾਡਾ ਫੇਸਬੁੱਕ ਦਾ ਜਿਹੜਾ ਅਕਾਊਂਟ ਹੈਗਾ, ਫੇਸਬੁੱਕ ਤੋਂ ਤੁਸੀਂ ਜਾਓਗੇ ਜਸ ਪੰਜਾਬੀ ਦੇ, ਉੱਥੇ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਉਦੋਂ ਬਾਅਦ ਸਾਡਾ ਯੂਟਿਊਬ ਚੈਨਲ ਜਿਹੜਾ ਹੈਗਾ, ਉੱਥੇ ਵੀ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਮਿਲ ਜਾਂਦੀ ਹੈ। ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।